ਕੌਣ ਜੀ ਦੀ ਹਾਂਜੀ ਰੇਡੀਓ ਹਾਂਜੀ 1674 ਐਮ ਇਸ ਵਕਤ ਤੁਸੀਂ ਟਿਊਨਨ ਕੀਤਾ ਹੋਇਆ ਹੈ ਦਸ ਇਸ ਯੂਰ ਆਪਣਾ ਆਰ ਜੇ ਪੁਨੀਤ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਤੇ ਆਸੁਮੇਦ ਦਿਨ ਤੁਹਾਡਾ ਬਹੁਤ ਹੀ ਕਮਾਲ ਦਾ ਸੋਨਾ ਚੱਲ ਰਿਹਾ ਹੋਵੇਗਾ ਤੇ ਅੱਜ ਦਿਨ ਹੈ ਜਦੋਂ ਲਾਈਵ ਅਸੀਂ ਇੰਟਰਵਿਊ ਜਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਦਿਨ ਹੈ ਜੀ ਮੰਗਲਵਾਰ ਦਾ ਔਰ ਰਹਿ ਗਏ ਨੇ ਤਿੰਨ ਦਿਨ 5 ਤਰੀਕ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਜੋੜੀ ਸੋ ਜੋੜੀ ਬਾਰੇ ਗੱਲਾਂ ਬਾਤਾਂ ਕਰਨ ਦੇ ਲਈ ਜੋੜੀ ਫਿਲਮ ਦੇ ਡਾਇਰੈਕਟਰ ਅਤੇ ਰਾਈਟਰ ਕਰਤਾ ਧਰਤਾ ਅਮਰਦੀਪਾ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਟੂਡੀਓ ਦੇ ਵਿੱਚ ਆ ਮਤਲਬ ਵਰਚੂਅਲੀ ਸੋ ਪਾਜੀ ਸਵਾਗਤ ਹੈ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਲੀ ਹਾਲੀ ਬਹੁਤ ਵਧੀਆ ਜੀ ਬਹੁਤ ਵਧੀਆ ਫਾਈਨਲੀ 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 ਗੱਲਬਾਤ ਸਾਡੀ ਹੋ ਪਾ ਰਹੀ ਹੈ ਆ ਕਾਫੀ ਸਾਲਾਂ ਤੋਂ ਜਦੋਜਹਿਦ ਚੱਲ ਰਹੀ ਸੀ ਪਾਜੀ ਨੂੰ ਆ ਵੀਡੀਓ ਤੇ ਲਿਆਉਣ ਦੀ ਮੇਰੇ ਵੱਲੋਂ ਜੀ ਸਾਰੇ ਸੁਣਨ ਵਾਲੇ শ্রোਤਾਵਾਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਸੋ ਬਾਜੀ ਕਿਵੇਂ ਹੋ ਕੀ ਕੱਲ ਵਾਲਾ ਹੀ ਸਵਾਲ ਹੈ ਕੱਲ ਤੇ ਚਲੋ ਔਨਰ ਨਹੀਂ ਹੋ ਪਾਈ ਇੰਟਰਵਿਊ ਵਾੜ ਕੱਲ ਮੈਨੂੰ ਤੁਹਾਡਾ ਆਨਸਰ ਨਹੀਂ ਸਮਝ ਲੱਗਾ ਸੀ ਸਵਾਲ ਵਧਾਏ ਨੇ ਕਟਾਏ ਨੇ ਕੀ ਕੀਤਾ ਹੈ ਵਿੱਚ ਵਿੱਚ ਜੇ ਲਟਕ ਰਹੇ ਨੇ ਕੀ ਚੱਕਰ ਹੈ ਹੁਣ ਮੈਂ ਤੁਹਾਨੂੰ ਦੱਸਦਾ ਤੇ ਤੁਸੀਂ ਇਹ ਕਰਦਾ ਭੇਤੀ ਲੰਕਾ ਟਾਏ ਕਰਦਾ ਭੇਤੀ ਮਾਲ ਟਾਏ ਬੇਸਿਕਲੀ ਭਾਜੀ ਇਹ ਵਧਾਏ ਸੀ ਮੈਂ ਪਰ ਕੱਲ ਅਚਾਨਕ ਜਾਨੀ ਮੈਂ ਬਾਰ ਬਾਰ ਨੂੰ ਬਲਾ ਸੀਗਾ ਉਹ ਆ ਨਾ ਸਕਿਆ ਤੇ ਫਿਰ ਮੈਂ ਅੱਕਿਆ ਜੇ ਬੈਠਾ ਸੀ ਮੈਂ ਆਪ ਹੀ ਕੱਟ ਲਈ ਤੇ ਉਹ ਜਿੱਦਾਂ ਦੇ ਕੱਟੇ ਗਏ ਆ ਹੁਣ ਉਹ ਲੱਗਦਾ ਵੀ ਯਾਰ ਜਿਸका ਕਾਮ ਉਸੀ ਕੋ ਸਾਜੇ ਹੋਰ ਕਰੇ ਤਾਂ ਕਾਂਗਾ ਬਾਜੀ ਉਹ ਗੱਲ ਹੋ ਗਈ ਮੇਰੇ ਨਾਲ ਨਹੀਂ ਫਿਰ ਵੀ ਦੇਖੀ ਗੁੱਡ ਜੀ ਤੁਸੀਂ ਉੱਤੋਂ ਇੱਕ ਗੱਲ ਹੋਰ ਵੇਖੋ ਰੱਬ ਦੀ ਮਾਰ ਵੇਖੋ ਇਹਜੇ ਮੌਕੇ ਤੇ ਉਹ ਮੈਨੂੰ ਖੇਰ ਬੈਠ ਜੋਂ ਨਹੀਂਦਾ ਹਾਂਜੀ 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 ਉਹ ਪਾ ਕੇ ਪਿੱਛੇ ਕਰ ਲਈ ਉਹ ਵੀ ਉਦੋਂ ਇੱਕ ਵਾਚਿਆ ਅੱਛਾ ਓਕੇ ਮਤਲਬ ਮੈਂ ਲਾ ਕੇ ਰੱਖ ਕੇ ਵਾਲ ਕਟਣ ਗਿਆ ਵਾਪਸ ਆਇਆ ਤੇ ਉਹ ਨਹੀਂ ਮਿਲਿਆ ਤੇ ਮੈਂ ਉਹ ਐਂ ਹੀ ਲਈ ਫਿਰਦਾ ਇਹਨਾਂ ਨੂੰ ਪਾਣੀ ਇੱਕ ਨਵਾਂ ਟੈਲੈਂਟ ਮੇਬੀ ਅਗਲੀ ਫਿਲਮ ਦੇ ਵਿੱਚ ਤੁਹਾਡੀ ਆਪਣੀ ਜਿਹੜੀ ਲਿਖਦੇ ਹੋ ਤੁਸੀਂ ਫਿਲਮ ਵਿੱਚ ਆਹ ਵਾਲਾ ਕਰੈਕਟਰ ਵੀ ਆਪਣੇ ਵਾਸਤੇ ਲਿਖ ਦਿਓ ਤੁਸੀਂ ਹੋ ਸਕਦਾ ਜੀ ਪਰ ਇਹ ਹੈ ਵੀ ਜੇ ਇਹ ਕੈਰੈਕਟਰ ਤੇ ਮੈਂ ਲਿਖਦਾ ਪਰ ਕਿਸੇ ਹੋਰ ਨੇ ਕਟਾਉਣੇ ਨਹੀਂ ਜੀ ਸੋ ਭਾਜੀ ਚਲੋ ਵਾਲਾਂ ਦੀ ਗੱਲਾਂ ਤੋਂ ਬਾਅਦ ਕਰਦੇ ਆਂ ਜੋੜੀ ਤੁਸੀਂ ਜੋੜੀ ਬਣਾਈ ਐ ਵੈਸੇ ਕਹਿੰਦੇ ਨੇ ਰੱਬ ਨੇ ਬਣਾਈਆਂ ਜੋੜੀਆਂ ਇੱਥੇ ਫਿਲਮੀ ਦੁਨੀਆ ਦੇ ਵਿੱਚ ਅਮਰਦੀਪ ਭਾਈ ਨੇ ਜੋੜੀ ਬਣਾ ਦਿੱਤੀ ਐ ਸੋ ਰਿਲੀਜ਼ ਹੋਣ ਜਾ ਰਹੀ ਐ 5 ਤਰੀਕ ਨੂੰ ਦਿਲਜੀਤ ਦਸਾਂਜ ਨਿਮਰਤ ਖਹਿਰਾ ਮੇਨ ਲੀਡ ਰੋਲ ਦੇ ਵਿੱਚ ਨੇ ਸੋ ਭਾਜੀ ਇੱਕ ਸਵਾਲ ਤਾਂ ਬੇਸਿਕ ਹੁੰਦਾ ਹੀ ਐ ਨਾ ਕਿ ਕਿੰਨੇ ਕ ਐਕਸਾਈਟਡ ਆਂ ਨਰਵਸੋਂ ਕੀ ਚੱਲ ਰਿਹਾ ਦਿਮਾਗ 'ਚ ਉਹੀ ਜੋ ਫਾਰਮਲ ਸਵਾਲ ਇਕ ਜੀ ਨਰਵਸਤਾ ਹੁੰਦੀ ਹੀ ਹੈ ਬੰਦਾ ਪਰ ਫਸਟ ਟਾਈਮ ਹੈ ਮੈਂ ਕਾਫੀ ਐਕਸਾਈਟਿਡ ਹਾਂ ਤੇ ਮੇਰੇ ਖਿਆਲ ਚ ਮੈਂ ਦਰਸ਼ਕਾਂ ਨਾਲ ਵੱਧ ਵੇਟ ਕਰ ਰਿਹਾ ਹਾਂ 5 ਤਰੀਕ ਦੀ ਕਿਉਂਕਿ ਮੈਨੂੰ ਪਤਾ ਆ ਜਿੱਦਾਂ ਕਹਿੰਦੇ ਹੁੰਦੇ ਆ ਵੀ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਭਵੇਂ ਬੰਦਾ ਮੰਨੇ ਨਾ ਮੰਨੇ ਸੋ ਮੈਨੂੰ ਕਿਤੇ ਨਾ ਕਿਤੇ ਅੰਦਾਜ਼ਾ ਹੈ ਕਿ 5 ਤਰੀਕ ਨੂੰ ਕੀ ਰਿਸਪੌਂਸ ਆਊਗਾ ਸੋ ਮੈਂ ਉਹ ਰਿਸਪੌਂਸ ਜਰਨਲਿਸਟ ਬਹੁਤ ਜ਼ਿਆਦਾ ਅ ਇੰਤਜ਼ਾਰ ਕਰ ਰਿਹਾ ਹਾਂ ਔਰ ਮੈਨੂੰ ਉਮੀਦ ਹੈ ਕਿ 5 ਤਰੀਕ ਨੂੰ ਸ਼ਾਮ ਤੱਕ ਹਰ ਪਾਸੇ ਰੱਬ ਦੀ ਕਿਰਪਾ ਨਾਲ ਔਰ ਦਰਸ਼ਕਾਂ ਦੇ ਪਿਆਰ ਨਾਲ ਸ਼ਾਇਦ ਜੋੜੀ 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 ਹੋ ਜਾਵੇ। ਕੀ ਆ ਬਾਤ ਹੈ ਜੀ ਹੌਫਫੁਲੀ ਇਦਾਂ ਹੀ ਹੋਵੇ ਔਰ ਅਸੀਂ ਤਾਂ ਪਹਿਲਾਂ ਤੁਹਾਨੂੰ ਰਿਪੋਰਟ ਚਲੋ ਦੇ ਦਾਂਗੇ ਕਿਉਂਕਿ ਸਾਡੇ ਲਾਗੇ ਪੈਂਦਾ ਨਿਊਜ਼ੀਲੈਂਡ ਉਸ ਤੋਂ ਸਭ ਤੋਂ ਪਹਿਲਾਂ ਰਿਪੋਰਟ ਆਣੀ ਫਿਰ ਆਸਟ੍ਰੇਲੀਆ ਤੋਂ ਤਾਂ ਫਿਰ ਤੁਹਾਡੇ ਵਾਲੇ ਪਾਸੇ ਤੋਂ ਸ਼ੁਰੂ ਹੋ ਜਾਣੀਆਂ ਨੇ। ਸੋ ਹੋਫਫਲੀ ਪੋਸਟ ਪੋਸਟ ਹੈ ਸਾਰਾ ਕੋ ਜਾਵੇ ਟ੍ਰੇਲਰ ਬਹੁਤ ਪਿਆਰਾ ਭਾਜੀ ਗਾਣੇ ਕਿਆ ਕਮਾਲ ਦੇ ਨੇ ਨਾ ਗਾਣੇ ਬਾਰੇ ਵੀ ਗੱਲਬਾਤ ਕਰਾਂਗੇ ਲੇਕਿਨ ਇੱਕ ਸਵਾਲ ਹੈ ਕੁਝ ਟ੍ਰੇਲਰ ਅਸੀਂ ਦੇਖ ਲਿਆ ਹੈ ਨਾ ਸਭ ਨੇ ਦੇਖ ਲਿਆ ਬਹੁਤ ਪਸੰਦ ਕੀਤਾ ਜਾ ਰਿਹਾ ਕੋਈ ਹੋਰ ਸਰਪ੍ਰਾਈਜ਼ ਜਿਹੜਾ ਅੱਜ ਦੱਸ ਦੋ ਕਿ ਕੋਈ ਨਵੀਂ ਚੀਜ਼ ਜੋ ਟ੍ਰੇਲਰ ਸੇ ਨਹੀਂ ਪਾਈ ਗਈ ਸਾਡੇ ਦਰਸ਼ਕਾਂ ਸਰੋਤਿਆ ਰਹੇ ਰੇਡੀਓ ਹਾਂਜੀ ਇਹਨੂੰ ਦੇ ਦਿਓ ਵਾਲਾ ਸਰਪ੍ਰਾਈਜ਼ ਕੋਈ ਫਿਲਮ ਬਾਰੇ ਕੋਈ ਹੋਰ ਚੀਜ਼ ਦੇਖੋ ਜੀ ਟ੍ਰੇਲਰ ਦੇ ਵਿੱਚ 2 ਘੰਟੇ 17 ਮਿੰਟ ਦੀ ਫਿਲਮ ਨਹੀਂ ਪਾਈ ਗਈ <laughs> <laughs> ट्रेलर सिर्फ 3 मिनट ਦਾ ਸੋ ਉਹ 2 ਘੰਟੇ 17 ਮਿੰਟ ਸਰਪ੍ਰਾਈਜ਼ ਹੀ ਨੇ ਸਾਰੇ ਹੀ ਬਹੁਤ ਖੂਬਸੂਰਤ ਹੈ। ਔਰ ਸਰਪ੍ਰਾਈਜ਼ ਕੱਲ ਇੱਕ ਅਮਰਿੰਦਰ ਭਾਈ ਦੇ ਗਾਣਾ ਛੜਿਆ। ਹਾਂਜੀ ਜਿਹੜਾ ਕਿ ਦਰਸ਼ਕਾਂ ਵੱਲੋਂ ਬਹੁਤ ਸਰਾਇਆ ਗਿਆ ਔਰ ਬਹੁਤ ਪਿਆਰ ਮਿਲਿਆ। ਤਾਂ ਬੇਸਿਕਲੀ ਤਾਂ ਜੀ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਨਾ ਕੋਈ ਫਿਲਮ ਹੁੰਦੀ ਹੈ ਜਿਹਦੇ ਤੋਂ ਲੋਕਾਂ ਦੀ ਬਹੁਤ ਐਕਸਪੈਕਟੇਸ਼ਨ ਹੁੰਦੀ ਹੈ। ਜੀ ਤੇ ਡੈਫੀਨਿਟਲੀ ਡਰ ਲੱਗਦਾ ਉਦੋਂ ਜਦੋਂ ਬਹੁਤ ਜ਼ਿਆਦਾ 익ਸਪੈਕਟੇਸ਼ਨਸ ਹੋਣ ਪਰ ਮੈਂ ਪਤਾ ਨਹੀਂ ਕਿਉਂ ਇਸ ਵਾਰ ਮੈਨੂੰ ਇੰਨਾ ਕੁ ਭਰੋਸਾ ਹੈ ਵੀ ਇਹ ਫਿਲਮ ਨਾ ਇਹ ਇਹ ਮੇਰੀ ਗੱਲ ਯਾਦ ਰੱਖਿਓ ਇਹ 익ਸਪੈਕਟੇਸ਼ਨਸ ਤੋਂ ਵੀ ਬੈਟਰ ਫਿਲਮ ਆ ਇਹ ਸੱਚ ਹੈ ਕਿ ਦਰਸ਼ਕ ਸੋਚੇਗਾ ਕਿ ਯਾਰ ਇੰਨਾ ਵੀ ਨਹੀਂ ਸੋਚਿਆ ਸੀ ਵੀ ਇੰਨੀ ਵਧੀਆ ਫਿਲਮ ਹੋਏਗੀ ਆਪਣੇ ਮੂੰਹੋਂ ਇਦਾਂ ਤਾਰੀਫ ਕਰਨਾ ਥੋੜਾ ਅਜੀਬ ਲੱਗਦਾ ਪਰ ਮੈਂ ਕੀ ਕਰਾਂ ਸੱਚੀ ਮੈਂ ਬਹੁਤ ਖੁਸ਼ ਹਾਂ ਮੈਨੂੰ ਅ ਅੱਜ ਮੈਂ ਬਿਲਕੁਲ ਸਰਖੂ ਹੋ ਜਾਊਗਾ ਇੰਡੀਆ ਵਾਲੀ ਜਿਹੜੀ ਕਾਪੀ ਹੈ ਉਹ ਵੀ ਨਿਕਲ ਜਾਏਗੀ ਤਾਂ ਹਾਂਜੀ ਸੁਪਾਸ ਜੀ ਇੱਕ ਹੋਰ ਇੱਕਦਮ ਮੁੱਦਾ ਇਹਦੇ ਨਾਲ ਵੀ ਚੱਲਦਾ ਪਿਆ ਸੀ ਨਾ ਕਿਉਂਕਿ ਦਲਜੀਤ ਬਾਈ ਹੋਣਾ ਦੀ ਫਿਲਮ ਜਿਹੜੀ ਇਮਤੀਆਜ਼ ਅਲੀ ਬਣਾ ਰਹੇ ਨੇ ਚਮਕੀਲੇ ਦੇ ਉੱਤੇ ਉਹ ਵੀ ਆਣੀ ਸੀ ਸੋ ਬਹੁਤ ਸਾਰੇ ਨੂੰ ਜਦੋਂ ਇਹਦਾ ਟ੍ਰੇਲਰ ਆਇਆ ਕਨਫਿਊਜ਼ਨ ਹੋ ਗਈ ਕਿ ਬਹੁਤ ਸਾਰੇ ਆ ਮੈਂ ਚੈੱਕ ਵੀ ਕਰਿਆ ਸੀ ਕਮੈਂਟ ਉਹ ਕਹਿ ਰਹੇ ਸੀ ਇਹ ਤਾਂ ਉਹ ਫਿਲਮ ਆ ਉਹ ਰੀਲੀਜ਼ ਉਦੋਂ ਹੋਣੀ ਆ ਕਿਉਂਕਿ ਸੇਮ ਕਨਸੈਪਟ ਲੱਗਦੀ ਆ ਜੇ ਕਲੀਅਰ ਵੀ ਕਰੋ ਉਹਨਾਂ ਦਰਸ਼ਕਾਂ ਨੂੰ ਜਾਂ ਸਰੋਤਿਆਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਇਹ ਉਹ ਫਿਲਮ ਆ ਨਹੀਂ ਜੀ ਇਹ ਫਿਲਮ ਤਾਂ ਆਪਾਂ ਪੰਜਾਬੀ ਫਿਲਮ ਜਿਹੜੀ ਆਪਣੇ ਲਈ ਆਪਾਂ 2019 ਚ ਸ਼ੂਟ ਕਰ ਲਈ ਸੀ ਜੀ ਸੋ ਬਾਅਦ ਚ ਕਰੋਨਾ ਆ ਗਿਆ ਕਿਉਂਕਿ ਜਿਹੜੇ ਦਰਸ਼ਕ ਫਾਲੋ ਕਰਦੇ ਆ ਜਿਨ੍ਹਾਂ ਨੂੰ 3 ਸਾਲ ਤੋਂ ਇੰਤਜ਼ਾਰ ਕਰ ਰਹੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਬਹੁਤ ਪਹਿਲਾਂ ਇਹ ਫਿਲਮ ਬਣਾ ਲਈ ਸੀ ਸੋ ਇਹ ਬਿਲਕੁਲ ਅਲੱਗ ਫਿਲਮ ਆ ਔਰ ਇੱਕ ਨਾ ਜੋੜੀ ਦੀ ਫਿਲਮ ਆ ਓਕੇ ਸੋ ਜੋੜੀ ਨਾ ਆਪਾਂ ਆਪਣੇ ਦੇਖੋ ਹਰ ਬੰਦੇ ਦੀ ਜ਼ਿੰਦਗੀ ਚ ਜੋੜੀ ਬਣਦੀ ਐ ਕੁਝ ਕੁ ਲੋਕਾਂ ਨੂੰ ਛੱਡ ਕੇ ਜਿੰਨਾ ਵਿਚਾਰਿਆਂ ਦੀ ਨਹੀਂ ਜੋੜੀ ਬਣ ਪਉਂਦੀ ਜੀ ਸੋ ਉਹਨਾਂ ਤੇ ਵੀ ਮੈਂ ਫਿਲਮ ਬਣਾ ਚੁੱਕਿਆ ਭੱਜੋ ਵੀਰੋ ਵੀਰੋ ਜੀ ਇਹ ਇਹ ਜੋੜੀ ਤੇ ਐ ਤੇ ਜੋੜੀ ਇਹ ਉਹ ਜੋੜੀ ਦੀ ਕਹਾਣੀ ਹੈ ਜਿਹੜੀ ਆਪਾਂ ਵੇਖਦੇ ਆਂ ਦਰਸ਼ਕ ਵੇਖਦੇ ਨੇ ਕਲਾਕਾਰ ਜੋੜੀ ਜੋ ਉਹਨਾਂ ਦੇ ਸਾਹਮਣੇ ਹਮੇਸ਼ਾ ਰਹਿੰਦੀ ਹੈ ਗਾਣੇ ਗਾਉਂਦੀ ਹੈ ਕੈਸਟਾਂ ਹੁੰਦੀਆਂ ਆ ਖਾੜੇ ਲਾਉਂਦੇ ਆ ਦਰਸ਼ਕੋ ਜੋੜੀ ਵੇਖਦਾ ਪਰ ਇਹ ਫਿਲਮ ਜੋੜੀ ਦੇ ਉਸ ਅਸਪੈਕਟ ਤੇ ਹੈ ਜੋ ਘਰੇਲੂ ਆ ਕਿ ਜੋੜੀ ਜਿਹੜੀ ਮਸ਼ਹੂਰ ਜੋੜੀ ਹੁੰਦੀ ਹੈ ਇਹ ਘਰ ਚ ਕਿਦਾਂ ਆ ਇੱਕ ਦੂਜੇ ਨਾਲ ਵਰਤਦੀ ਆ ਜੀ ਇੱਕ ਘਰ ਚ ਕਿਦਾਂ ਰਹਿੰਦੀ ਆ ਕਿ ਐਟ ਐਂਡ ਆਫ ਦਿ ਡੇ ਹਿਊਮਨ ਬੀਇੰਗ ਨੇ ਸੋ ਇਹ ਵੀ ਕਿਸੇ ਦੇ ਧੀ ਪੁੱਤ ਹੁੰਦੇ ਆ ਇਹਨਾਂ ਦੇ ਵੀ ਬੱਚੇ ਹੁੰਦੇ ਆ ਕੋਈ ਭੈਣ ਭਰਾ ਹੁੰਦੇ ਆ ਸੋ ਇੱਕ ਜੋੜੀ ਦੇ ਇੱਕ ਪਰਿਵਾਰਕ ਪੱਖ ਨੂੰ ਬਖਾਇਆ ਗਿਆ ਕਿ ਕਲਾਕਾਰ ਸ਼ਾਮ ਨੂੰ ਘਰੇ ਆਉਂਦਾ ਹੋਇਆ ਸਬਜ਼ੀ ਜਾਂ ਫਲ ਫਰੂਟ ਦਾ ਥੈਲਾ ਜਾਂ ਲਫਾਫਾ ਲੈ ਕੇ ਆਉਂਦਾ ਘਰੇ ਇਹ ਉਦਾਂ ਦੀ ਫਿਲਮ ਹੈ ਸੋ ਇਹਦਾ ਜੋ ਕਨਸੈਪਟ ਅਬਸਲੀ ਤੁਸੀ ਫਿਲਮ ਲਖੀਆ ਕਦੋਂ ਤੇ ਕਿਉਂ ਆਇਆ ਤੁਹਾਨੂੰ 2019 ਤੁਸੀਂ ਦੱਸ ਰਹੇ ਹੋ ਕਿ ਸ਼ੂਟ ਕਰ ਲਈ ਗਈ ਸੀ ਉਸ ਤੋਂ ਪਹਿਲਾਂ ਕਦੋਂ ਤੋਂ ਦਿਮਾਗ ਦੇ ਵਿੱਚ ਆਈਡੀਆ ਸੀ ਔਰ ਆਈਡੀਆ ਨੂੰ ਪੇਪਰ ਦੇ ਉੱਤੇ ਕਦੋਂ ਲਿਖਿਆ ਗਿਆ ਤੇ ਕਿਵੇਂ ਤੇ ਕਿਉਂ ਵੀ ਮੈਂ ਵਾਏ ਵਾਏ ਓਕੇ ਹੁਣ ਦੂਜੀ ਗੱਲ ਇਹ ਹੈ ਵੀ ਮੈਂ ਨਾ ਇਹ ਗੱਲ ਹੋਰ ਇਹਦੇ ਨਾਲ ਐਡ ਕਰਨੀ ਚਾਹੁੰਦਾ ਕਿ ਇਹ ਅਥਾ ਮੇਰੇ ਮਨ ਚ ਸੀ ਯਾਰ ਜਦੋਂ ਵੀ ਕੋਈ ਬੰਦਾ ਇਸ ਤਰ੍ਹਾਂ ਦੇ ਕਨਸੈਪਟ ਤੇ ਫਿਲਮ ਬਣਾਉਗਾ ਨਾ ਹਮੇਸ਼ਾ ਹੀ ਉਹ ਉਹੀ ਦਿਖਾਉ ਹੈ ਜੋ ਲੋਕ ਦੇਖਦੇ ਆ ਜਾਂ ਹਨਾ ਆਮ ਤੌਰ ਤੇ ਪਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਉਹ ਪੱਖ ਖਵਾਵਾਂ ਜੋ ਆਪਾਂ ਨਹੀਂ ਦੇਖ ਪਾਉਂਦੇ ਉਹ ਪੱਖ ਹੈ ਉਹਨਾਂ ਦੇ ਘਰੇਲੂ ਜੀਵਨ ਦਾ ਜਿਵੇਂ ਇਸ ਫਿਲਮ ਦੇ ਵਿੱਚ ਇੱਕ ਸੀਨ ਹੈ ਕਿ ਜੋ ਨਿਮਰਤ ਦਾ ਕਰੈਕਟਰ ਹੈ ਉਹ ਭਾਜੀ ਨੂੰ ਦੱਸਦਾ ਹੈ ਕਿ ਆਪਾਂ ਭੈਣ ਨੂੰ ਸੁਧਾਰਾ ਦੇਣ ਜਾਣਾ ਹੈ ਠੀਕ ਹੈ ਸੋ ਉਹ ਕਹਿੰਦੇ ਵੀ ਇਦਾਂ ਆਪਣਾ ਤਾਂ ਸ਼ੋਅ ਹੈ ਪਰ ਸੁਣ ਹੂੰ ਹੂੰ ਕਹਿੰਦੀ ਮੈਂ ਪਤਾ ਕੀਤਾ ਕਿ ਉਹੀ ਰੂਟ ਪੈਂਦਾ ਸੋ ਮੈਂ ਸਿਰਫ ਇਹ ਵਿਖਾਉਣਾ ਚਾਹੁੰਦਾ ਸੀ ਕਈ ਵਾਰੀ ਨਾ ਆਪਾਂ ਆਪਾਂ ਕਲਾਕਾਰਾਂ ਨੂੰ ਬਹੁਤ ਸਮਝਦੇ ਆਂ ਕਿ ਯਾਰ ਇਹ ਪਤਾ ਨਹੀਂ ਕਿਦਾਂ ਦੀ ਜ਼ਿੰਦਗੀ ਜਿੰਦੇ ਆ ਔਰ ਬਹੁਤ ਕਈ ਵਾਰੀ ਉਹਨਾਂ ਬਾਰੇ ਗਲਤ ਵਿਚਾਰਧਾਰਾ ਵੀ ਬਣ ਜਾਂਦੀ ਹੈ ਤਾਂ ਮੇਰਾ ਇਹ ਸੀਗਾ ਕਿ ਮੈਂ ਆਪ ਇਸ ਲਾਈਨ ਨਾਲ ਜੁੜਿਆ ਕਿ ਯਾਰ ਅਸੀਂ ਲੋਕ ਵੀ ਹਿਊਮਨ ਬੀਇੰਗ ਆ ਬਿਲਕੁਲ ਨਾਰਮਲ ਘਰਾਂ ਦੇ ਵਿੱਚ ਓਵੇਂ ਵਰਤਦੇ ਆ ਜਿਵੇਂ ਹਰ ਬੰਦਾ ਵਰਤਦਾ ਹੈ ਸੋ ਮੈਂ ਇਸ ਪੱਖ ਤੇ ਫਿਲਮ ਬਣਾਉਣਾ ਚਾਹੁੰਦਾ ਹਾਂ ਸਾਰੇ ਪੱਖ ਇਹ ਗੱਲ ਮੇਰੇ ਦਿਮਾਗ ਚ ਆਈ ਸੀ 2011 ਚ ਅੱਛਾ ਜੀ ਇੱਕ 61 ਦਾ ਰੈਪਰ ਵੇਖਿਆ ਸੀਗਾ ਤੇ ਮੈਨੂੰ ਲੱਗਾ ਯਾਰ ਇਸ ਅਸਪੈਕਟ ਤੇ ਫਿਲਮ ਕਿਉਂ ਨਹੀਂ ਬਣਦੀ ਸੈਕਿੰਡ ਇਹ ਨਹੀਂ ਕਿ ਇਕੱਲਾ ਕਰੇਲੂ ਦੂਜਿਆਂ ਇਹਦੇ ਵਿੱਚ ਮੈਨੂੰ ਜੋ ਲੱਗਦਾ ਸੀ ਨਾ ਯਾਰ ਇਹ ਇੱਕ ਬਹੁਤ ਕਲਰਫੁੱਲ ਵਰਲਡ ਹੈ ਔਰ ਸਾਡਾ ਹਿੱਸਾ ਰਿਹਾ ਹੈ ਅੱਜ ਦੇ ਨਿਆਣੇ ਉਸ ਵਰਲਡ ਤੋਂ ਵਾਕਿਫ ਨਹੀਂ ਹਨ ਜਦੋਂ ਦੁਕਾਨਾਂ ਜੋੜੀਆਂ ਵਿਆਹਾਂ ਵਿੱਚ ਲੱਗਦੀਆਂ ਸੀਗੀਆਂ ਉਹਨਾਂ ਦੇ ਸਫਰ ਹੁੰਦੇ ਸੀ ਉਹਨਾਂ ਨੂੰ ਸੁਣਿਆ ਜਾਂਦਾ ਸੀਗਾ ਦੋ-ਦੋ ਦਿਨ ਪਹਿਲਾਂ ਪੱਠੇ ਵੱਢ ਕੇ ਘਰੇ ਰੱਖ ਲਏ ਜਾਂਦੇ ਸਨ ਵੀ ਉਹਨਾਂ ਦਿਨ ਫਲਾਣੇ ਨੇ ਲੱਗਣਾ ਹੈ ਤਾਂ ਉਹ ਜਿਹੜੇ ਉਹਨਾਂ ਦੀ ਲੁਧਿਆਣਾ ਮਾਰਕੀਟ ਉਹ ਇੱਕ ਪੂਰਾ ਦਾ ਪੂਰਾ ਚੈਪਟਰ ਹੀ ਜਿਵੇਂ ਕਹਿ ਲਓ ਵੀ ਕਿਤਾਬ ਚੋਂ ਚੈਪਟਰ ਦਾ ਚੈਪਟਰ ਪਾੜ ਪਾਟ ਗਿਆ ਯਾ ਚੈਪਟਰ ਖਵਾਚ ਗਿਆ ਹੂੰ ਹੂੰ ਕਬ ਮੇਰੀ ਇੱਕ ਕਮਿਸ਼ਨ ਕੋਸ਼ਿਸ਼ ਹੁੰਦੀ ਹੈ ਫਿਲਮਾਂ ਰਹੀ ਕਿ ਯਾਰ ਮੈਂ ਕੁਝ ਉਸ ਵਰਲਡ ਨੂੰ ਦੁਬਾਰਾ ਲੋਕਾਂ ਸਾਹਮਣੇ ਲੈ ਕੇ ਆਵਾਂ ਜੋ ਖਤਮ ਹੋ ਚੁੱਕਿਆ ਔਰ ਇਹ ਮੇਰੀ ਅਕਸਰ ਕੋਸ਼ਿਸ਼ ਹੁੰਦੀ ਹੈ ਮੈਂ ਔਰ ਮੈਂ ਫਿਲਮ ਦੇ ਨਾਲ ਇਸ ਗੱਲ ਨੂੰ ਮੇਰਾ ਮਕਸਦ ਹੁੰਦਾ ਫਿਲਮ ਰੋਣਾ ਵੀ ਜਿਵੇਂ ਕੋਈ ਅਕਸਰ ਤੁਸੀਂ ਦੇਖਿਆ ਹੋਣਾ ਕਿ ਯਾਰ ਆਪਾਂ ਫੋਟੋਆਂ ਹੁੰਦੀਆਂ ਘਰ 'ਚ ਤਾਂ ਸਰ ਨੂੰ ਪੁਰਾਣੀਆਂ ਫੋਟੋਆਂ ਚੰਗੀਆਂ ਲੱਗਦੀਆਂ ਕਿ ਫਲਾਨੇ ਦੇ ਵਿਆਹ ਦੀ ਫੋਟੋ ਆ ਫਲਾਨਾ ਉਦੋਂ ਹੈ ਨਾ ਤਾਂ ਉਹ ਕੀ ਹੈ ਕਿ ਉਹ ਸਾਡੀਆਂ ਮੈਮਰੀਜ਼ ਨੂੰ ਜ਼ਿੰਦਾ ਕਰਦੀ ਹੈ ਚੀਜ਼ ਸਾਨੂੰ ਇਮੋਸ਼ਨਸ ਦਿੰਦੀ ਆ ਸਾਨੂੰ ਖੁਸ਼ੀ ਦਿੰਦੀ ਆ ਤਾਂ ਸੇਮ ਮੈਨੂੰ ਲੱਗਦਾ ਹੁੰਦਾ ਫਿਲਮ ਆ ਕਿ ਇਹ ਇੱਕ ਜ਼ਰੀਆ ਹੈ ਸਾਡੇ ਉਸ ਵਕਤ ਨੂੰ ਯਾਦ ਕਰਨ ਦਾ ਜੋ ਸਾਡੇ ਦੇ ਬੀਤਿਆ ਸਾਡੇ ਕਿਸੇ ਨੇ ਹੰਡਾਇਆ ਤੇ ਅੱਜ ਵਾਲੇ ਬੰਦੇ ਉਹ ਵਕਤ ਉਹਦਾ ਨਹੀਂ ਜੀ ਸਕਦੇ ਤਾਂ ਘੱਟੋ ਘੱਟ ਜਾ ਕੇ ਸਿਨੇਮੇ ਦੇ ਵਿੱਚ ਆਪਣੀ ਅੱਖਾਂ ਰਾਈਂ ਆਪਣੇ ਮਨ ਰਾਈਂ ਉਸ ਵਕਤ ਨੂੰ ਜੀ ਸਕਣ ਉਹਦੇ ਵਿੱਚ ਵਿਚਰ ਸਕਣ ਜੀ ਬਿਲਕੁਲ ਜਿਵੇਂ ਮੈਂ ਨਹੀਂ ਉਹ ਦੌਰ ਦੇਖਿਆ ਨਾ ਜਦੋਂ ਦੁਗਾਣਾਂ ਜੋੜੀਆਂ ਲੱਗਦੀਆਂ ਹੋਣਗੀਆਂ ਅਖਾੜੇ ਲੱਗਦੇ ਸੀ ਆ ਕੈਸਟਸ ਕੈਸਟਾਂ ਵਾਲਾ ਦੌਰ ਤਾਂ ਜ਼ਰੂਰ ਦੇਖਿਆ ਮੈਂ ਵੀ ਕਸਟਮ ਪਰ ਆਣ ਗਏ ਆ ਪਰ ਕੀ ਤੁਸੀਂ ਇਹ ਵਾਲਾ ਦੌਰ ਆਪ ਵਿਟਨੈਸ ਕੀਤਾ ਹੈ ਤੁਸੀਂ ਜਾਣਦੇ ਰਹੇ ਹੋ ਅਖਾੜਿਆਂ ਦੇ ਦੁਗਾਣਾ ਜੋੜੀਆਂ ਦੇ ਨਹੀਂ ਮੈਂ ਇੰਨਾ ਪੁਰਾਣਾ ਨਹੀਂ ਆ ਮੈਂ ਮੈਂ ਅਖਾੜੇ ਵੇਖਿਆ ਮੈਂ ਅਖਾੜੇ ਵੇਖਿਆ ਔਰ ਮੈਂ ਸਾਡਾ ਨਾ ਸ਼ਹਿਰ ਸੀ ਅਬੂਰ ਅੱਛਾ ਜੀ ਤੇ ਉਹ ਬੜੀ ਦੂਰ ਹੈ ਲੁਧਿਆਣੇ ਤੋਂ ਜਿੱਧਰ ਮੇਨ ਹਣਾ ਜੋੜੀਆਂ ਰਹਿੰਦੇ ਸੀਗੇ ਤਾਂ ਸਾਡੇ ਉਧਰ ਤਾਂ ਕੋਈ ਬਣੇ ਹੋਏ صدیق ਕੁਲਦੀਪ ਮਾਨ ਕੀ ਹੁੰਦੇ ਰਹੇ ਹੈ ਵੀ オリジナル ਕੁਲਦੀਪਾਨ ਕੀ ਜਾਂ صدیق ਤਾਂ ਨਹੀਂ ਸੀਗੇ ਦੇ ਵੇਖੇ ਵੀ ਜਿਹੜਾ ਕੋਈ ਉੱਠ ਕੇ ਬਣ ਜਾਂਦਾ ਤੇ ਹੋਂ ਦਾ ਉਦੋਂ ਉਦੋਂ ਹੁੰਦੇ ਕੈਸੇ ਦਾ ਵੀ ਚਿਹਰੇ ਹੁੰਦੇ ਸੀਗੇ ਉਦੋਂ ਕਿਹੜਾ ਰੋਜ਼ ਵੇਖਦੇ ਸੀ ਕਲਾਕਾਰਾਂ ਨੂੰ ਬੰਦੇ ਤੂੰ ਜਿਹੜਾ ਮਰਜ਼ੀ ਬਣ ਕੇ ਆਏ ਉਸ ਤੋਂ ਸਮਝ ਲੈਂਦੇ ਸੀ ਵੀ ਫਲਾਨਾ ਹੈ ਉਹ ਅਸੀਂ ਉਹ ਉਹ ਵੀ ਕਿ ਹਾਂਜੀ ਔਰ ਹਰ ਬੰਦੇ ਦੀ ਵਸ ਦੀ ਗੱਲ ਨਹੀਂ ਹੁੰਦੀ ਸੀ ਕਲਾਕਾਰ ਨੂੰ ਲਵਾਉਣਾ ਤਾਂ ਪਰ ਸ਼ੌਂਕ ਚਾ ਹਰੇਕ ਨੂੰ ਹੁੰਦਾ ਸੀ ਤਾਂ ਅਗਲਾ ਆਪਦਾ ਪੁੱਤ ਆਰ ਲੈਂਦਾ ਸੀ ਕਿਸੇ ਨੂੰ ਬੁਲਾ ਕੇ ਔਰ ਦੇਖਿਆ ਜੀ ਉਹ ਵਕਤ ਇੰਨੇ ਕਿ ਵੇਖੇ ਬਸ ਤੱਕ ਕੈਸ ਕੈਸਰ ਨਾਲ ਆ ਕੈਸਟ ਭਰਉਣ ਗਏ ਕਦੀ ਜਾਂ ਹਾਂ ਜੀ ਜੀ ਕੈਸਟ ਭਰਾਈ ਮੈਂ ਜਿਹੜੇ ਜ਼ਮਾਨੇ ਚ ਕੈਸਟਾਂ ਭਰਾਈਆਂ ਉਦੋਂ ਹਰ ਭਜਨ ਮਾਨ ਹੋਰਾਂ ਦੀਆਂ ਕੈਸਟਾਂ ਹੁੰਦੀਆਂ ਸੀਆਂ ਮਨਮੋਹਨ ਵਾਰ ਸੋਹਰਾਂ ਦੀਆਂ ਸੋ ਹਰ ਭਜਨ ਸ਼ੇਰਾ ਜੀ ਰਣਜੀਤ ਮਣੀ ਆ ਮੇਜਰ ਆਸਤਾਨੀ ਇਹ ਜੇ ਕਲਾਕਾਰਾਂ ਦੀਆਂ ਕੈਸਟਾਂ ਅਸੀਂ ਭਰਉਂਦੇ ਰਹੇ ਆ ਤੇ ਮੇਰੇ ਯਾਦ ਆ ਵੀ ਇੱਕ ਵਾਰੀ ਇੱਕ ਨਾਈ ਦੀ ਦੁਕਾਨ ਤੇ ਹਾਂ ਜੀ ਮੈਂ ਵਾਲਕਟਾਉਨ ਗਿਆ ਸੀ ਤਾਂ ਉਸ ਉੱਥੇ ਇੱਕ ਕੈਸਟੋ ਨੇ ਭਰਾਈ ਸੀ ਤੇ ਤੁਸੀਂ ਯਕੀਨ ਕਰੋ ਵੀ ਉਹਦੇ ਏ ਸਾਈਡ ਤੇ ਬੀ ਸਾਈਡ ਏ ਸਾਈਡ 'ਚ 6 ਗਾਣੇ ਜਿਹੜੇ ਭਰੇ ਸੀ ਉਹ ਹਰ ਭਜਨ ਸ਼ੇਰਾ ਦਾ ਇੱਕੋ ਹੀ ਗਾਣਾ ਸੀਗਾ ਨਾ ਹੈਲੋ ਹੈਲੋ ਕਰਿਆ ਕਰ ਅੱਛਾ ਜੀ ਨਾ ਹੈਲੋ ਹੈਲੋ ਕਰਿਆ ਕਰ ਕੋਈ ਨਹੀਂ ਲੱਗਿਓ ਸੋ ਬੀ ਸਾਈਡ 'ਚ ਵੀ 6 ਦੇ 6 ਗਾਣੇ ਹੋ ਸੀ ਸੋ 12 ਦੇ 12 ਗਾਣੇ ਇੱਕੋ ਹੀ ਗਾਣਾ ਭਰਿਆ ਸੀ ਬੰਦੇ ਨੇ ਸੋ ਉਹ ਵੀ ਵਕਤ ਸੀਗਾ ਤੇ ਔਰ ਇੱਕ ਇੱਕ ਉਹ ਵੀ ਆਇਆ ਯੂਨੀਵਰਸਿਟੀ ਟਾਈਮ ਜਦੋਂ ਕਿਸੇ ਨੂੰ ਕੈਸਟ ਭਰਾ ਕੇ ਦਿੱਤੀ ਸੀ ਆਹ ਉਹਦੋਂ ਕੀ ਇਹ ਜਿਹੜਾ ਆ ਨਾ ਕਿ ਤੇਰੀਆਂ ਤੋਤਲੀਆਂ ਤਾਂ ਕੀ ਤੀ ਤੇ ਆਈ ਨਾ ਤੁੱਤ ਨਹੀਂ ਤੇ ਆ ਇਹ ਕਹਿੰਦੇ ਆਪਣੀ ਲਾਈਫ ਦੇ ਵਿੱਚੋਂ ਤਾਂ ਨਹੀਂ ਕੱਢ ਕੇ ਆਇਆ ਡਾਇਲੋਗ ਨੇ ਮੈਂ ਤੁਹਾਨੂੰ ਦੱਸਾਂ ਇਹ ਐਕਚੁਅਲੀ ਨਾ ਸੱਚ ਇਹ ਹੈ ਵੀ ਉਹ ਵਕਤ ਜਦੋਂ ਇਦਾਂ ਦਾ ਮਾਹੌਲ ਹੁੰਦਾ ਨਾ ਨਵੇਂ-ਨਵੇਂ ਆਪਾਂ ਮਿਲਦੇ ਆ ਤੇ ਉਦੋਂ ਕੁਦਰਤੀ ਨਾ ਪਤਾ ਨਹੀਂ ਕਿਉਂ ਸਾਰੇ ਤੋਤਲੇ ਹੋ ਜਾਂਦੇ ਆ ਹੈ ਨਾ ਕੀ ਖਾਂਗਾ ਤੀ ਕੋਤ ਨਹੀਂ ਤਾਣਾ ਤੋਂ ਪਤਾ ਨਹੀਂ ਬੰਦਾ ਬੱਚਾ ਕਿਉਂ ਬਣ ਜਾਂਦਾ ਉਦੋਂ ਐਕਚੁਅਲੀ ਹਾਂ ਔਰ ਵੇਖੋ ਪਿਓਰਿਟੀ ਦੀ ਨਿਸ਼ਾਨੀ ਹੈ ਕਿ ਜਿਹੜਾ ਬੱਚਾ ਹੈ ਉਹ इमोशंस ਜਿਹੜੇ ਪਿਓਰ ਹੁੰਦਾ ਤੇ ਸ਼ਾਇਦ ਉਸ ਵਕਤ ਨਾ ਹਰ ਇਨਸਾਨ ਕਿਤੇ ਨਾ ਕਿਤੇ ਉਹ ਪਿਓਰ ਹੋ ਜਾਂਦਾ ਤੇ ਇਸ ਲਈ ਉਹ ਬੱਚਾ ਬਣ ਜਾਂਦਾ ਬੱਚਾ ਬਣ ਜਾਂਦੇ ਤੋਤਲਾ ਹੋ ਜਾਂਦਾ ਇਹ ਤੇ ਤੋਤਲਾ ਹੈ ਕਈ ਤੇ ਬੰਦਿਆਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜੀ ਜਦੋਂ ਅੱਖਾਂ ਗੱਲਾਂ ਕਰਦੀਆਂ ਹੁੰਦੀ ਜਦੋਂ ਨਵਾਂ ਨਵਾਂ ਫੋਨ ਵਾਲਾ ਦੌਰ ਆਇਆ ਸੀ ਨਾ ਕਾਲ ਲੜਾ ਤਾਂ ਉਦੋਂ ਆਪਾਂ ਦੇਖੀਦਾ ਹੁੰਦਾ ਸੀ ਨਾ ਹਰ ਕੋਈ ਚੌਂਕ ਦੇ ਵਿੱਚ ਖੜ ਕੇ ਬੋਲਦਾ ਕੋਈ ਨਾ ਬਸ ਲਿਟੀ ਜਾਂਦਾ ਹੁੰਦਾ ਸੀ ਬੱਸ ਸਟਾਪ ਦੇ ਉੱਤੇ ਫੋਨ ਦੇ ਇਹ ਹਾਂਜੀ ਹਾਂਜੀ ਏ ਮਤਲਬ ਜੇ ਉਹ ਬੋਡੀ ਲੰਗੀ ਤਾਂ ਪਤਾ ਲੱਗ ਜਾਂਦਾ ਸੀ ਬੰਦਾ ਗੱਲ ਕੀ ਜਿੰਨਾ ਕਰਦਾ ਜੀ ਔਰ ਇਹ ਵੀ ਪਤਾ ਲੱਗਦਾ ਸੀ ਕਿੰਨੀ ਇੱਕ ਪੁਰਾਣੀ ਗੱਲ ਚੱਲ ਰਹੀ ਹੈ ਜਿਹੜੀ ਇਹ ਗੱਲ ਕਰ ਰਿਹਾ ਨਵੀਂ ਨਵੀਂ ਗੱਲਾਂ ਤੇ ਬੰਦਾ ਸ਼ਾਇਦ ਹੂੰ ਹਾਂ ਤਾਂ ਕਿ ਗੱਲ ਹੀ ਨਹੀਂ ਕਰਦਾ ਸੀ ਕਿਉਂਕਿ ਸੱਜਣਾ ਨੂੰ ਸੁਣਨਾ ਚਾਹੁੰਦਾ ਹੁੰਦਾ ਵੀ ਕਿੰਨਾ ਜਿੰਨਾ ਬੋਲਦੇ ਉਹਨਾਂ ਚੰਗਾ ਜੀ ਤੇ ਜਦੋਂ ਬੰਦਾ ਆਪ ਵੱੱਦ ਬੋਲਦਾ ਵੇ ਉਦੋਂ ਪਤਾ ਲੱਗ ਜਾਂਦਾ ਵੀ ਜਾਂ ਤਾਂ ਇਹ ਵਕਤ ਬਹੁਤ ਲੰਘ ਚੁੱਕਿਆ ਜਾਂ ਹੁਣੇ ਘਰ ਵਾਲਾ ਘਰ ਵਾਲੀ ਨਹੀਂ ਹੂੰ ਜਿਹੜਾ ਇੱਕ ਦੂਜੇ ਨੂੰ ਬੋਲਣ ਨਹੀਂ ਦੇਦੇ ਸੋ ਭਾਜੀ ਹਸੇ ਮਖੌਲ ਦੀਆਂ ਗੱਲਾਂ ਚੱਲ ਰਹੀਆਂ ਨੇ ਫਿਲਮ ਦਾ ਟ੍ਰੇਲਰ ਵੀ ਕਾਫੀ ਹਸਾਉਂਦਾ ਵੀ ਹੈ ਕਾਫੀ ਮਜ਼ਾ ਆਉਂਦਾ ਲਾਈਵਲੀ ਜਿਹਾ ਹੈ ਸੋ ਕੀ ਜਿਵੇਂ ਇੱਕ ਡਾਇਲੌਗ ਟ੍ਰੇਲਰ ਦੇ ਵਿੱਚ ਹੈ ਤੁਸੀਂ ਤਾਂ ਚਲੋ ਫਿਲਮ ਬਣਾਈ ਹੈ ਤੁਸੀਂ ਦੇਖੀ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਜਦੋਂ ਦੋਨਾਂ ਦੇ ਖਾੜੇ ਲੱਗਣੇ ਸ਼ੁਰੂ ਹੁੰਦੇ ਨੇ ਪਹਿਲੇ ਤਿੰਨਕ ਸੀਨ ਦਿਖਾਇਆ ਖਾੜੇ ਕਾਮਯਾਬ ਨਹੀਂ ਹੁੰਦੇ ਕਿਤੇ ਕੋਠਾ ਡਿੱਗ ਜਾਂਦਾ ਕਿਤੇ ਹਨਾ ਆਪਣਾ ਜਿਹੜਾ ਆ ਟਰੈਕਟਰ ਆਉਤ ਆਪਣਾ ਜਿਹੜਾ ਉਹ ਤੁਰ ਪੈਂਦਾ ਸੋ ਕਿਤੇ ਕੁਝ ਹੋ ਜਾਂਦਾ ਸੋ ਬਾਅਦ ਦੇ ਵਿੱਚ ਦਲਜੀਤ ਦਾ ਜੋ ਕੈਰੈਕਟਰ ਹੈ ਦਲਜੀਤ ਬਾਜੀ ਦਾ ਉਹ ਨਿਮਰਤ ਖੈਰ ਨੂੰ ਕਹਿੰਦਾ ਕੋਈ ਨਹੀਂ ਅ ਰੱਬ ਇਦਾਂ ਹੀ ਨਾ ਪ੍ਰੀਖਿਆ ਜਾਂ ਲੈਂਦਾ ਹੁੰਦਾ ਮੈਨੂੰ ਉਹ ਯਾਦ ਨਹੀਂ ਐਕਚੁਅਲ ਡਾਇਲੋਗ ਸੋ ਇੱਕ ਮੈਸੇਜ ਵੀ ਦਿੰਦਾ ਕਿ ਤੁਸੀਂ ਆਪਣਾ ਨਾ ਦਿਲ ਨਹੀਂ ਛੱਡਣਾ ਚਾਹੀਦਾ ਤੁਹਾਨੂੰ ਕੋਈ ਵੀ ਕੰਮ ਕਰਨਾ ਇਦਾਂ ਦੇ ਚੀਜ਼ਾਂ ਹੁੰਦੀਆਂ ਨੇ ਖੜੇ ਰਹੋ ਤੇ ਜਿੱਤ ਜਾਓਗੇ ਨਾ ਮੈਦਾਨ ਫਤਿਹ ਕਰ ਲੋਗੇ ਸੋ ਕੀ ਫਿਲਮ ਦੇ ਵਿੱਚ ਵੀ ਕੋਈ ਜ਼ਿੰਦਗੀ ਨੂੰ ਜਿਉਣ ਦਾ ਸਲੀਖਾ ਸਿਖਾਉਣ ਵਾਲਾ ਮੈਸੇਜ ਵੀ ਆ ਕੋਈ ਨਾ ਕੋਈ ਹੋਰ ਵੀ ਜੀ ਬਿਲਕੁਲ ਬਿਲਕੁਲ ਉਹ ਹੋਰ ਕਿਤਨੇ ਕਿਤੇ ਫਿਲਮ ਦੇ ਵਿੱਚ ਮੈਸੇजेस ਹੈਗੇ ਆ ਉਹ ਸਾਰੇ ਮੈਸੇजेस ਬਹੁਤ ਐਂਟਰਟੇਨਮੈਂਟ ਉਹ ਤਰੀਕੇ ਨਾਲ ਜਿੱਦਾਂ ਇਹ ਕੋਠੇ ਡਿੱਗਣ ਵਾਲਾ ਜਿਹੜੇ ਤੁਸੀਂ ਗੱਲ ਕੀਤੀ ਹੈ ਔਰ ਬੜੀਆਂ ਸੁਣੀਆਂ ਗੱਲਾਂ ਨੇ ਮੈਂ ਹੁਣ ਗੱਲਾਂ ਦੱਸ ਨਹੀਂ ਸਕਦਾ ਇੱਥੇ ਕਿ ਇੱਕ ਬੜਾ ਦੇ ਵਿੱਚ ਗੱਲ ਹੈ ਮੈਂ ਦੱਸ ਦਿੰਨਾ ਪਤਾ ਨਹੀਂ ਮੈਂ ਦੱਸਣੀ ਚਾਹੀਦੀ ਨਹੀਂ ਦੱਸਣ ਜੀ ਮੈਂ ਪਹਿਲਾਂ ਸੁਧਾਰੇ ਵਾਲੀ ਗੱਲ ਦੱਸ ਚੁੱਕਿਆ ਅੱਧੀ ਫਿਲਮ ਤਾਂ ਮੈਂ ਇੱਥੇ ਨਾ ਸੁਣਾਤਾ ਸੋ ਉਹਦੇ ਵਿੱਚ ਕੈਰੈਕਟਰ ਜਿਹੜਾ ਤਜੀਤ ਭਾਈ ਦਾ ਉਹ ਬੜੀ ਠੀਕ ਗੱਲ ਐ ਬੇਸਿਕਲੀ ਉਹ 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 ਵੀ ਤੁਹਾਨੂੰ ਜੀਣਾ ਸਿਖਾਉਂਦੀ ਆ ਉਹ ਗੱਲ ਇਹ ਐ ਕਿ ਉਹ ਬੰਦਾ ਕੋਈ ਵੀ ਕੰਮ ਕਰਦਾ ਨਾ ਉਹ ਉਸ ਕੰਮ ਲਈ ਜਿਵੇਂ ਸਮਾਜ ਜਾਂ ਸਮਾ ਕਹਿੰਦਾ ਉਹਦੇ ਨਾਲ ਥੋੜਾੇ ਲੇਟ ਕਰਦਾ ਐ ਜਾਂ ਉਹਦੋਂ ਤੱਕ ਨਹੀਂ ਕਰਦਾ ਜਦੋਂ ਕੋਈ ਆਪਦੀ ਤਸੱਲੀ ਨਹੀਂ ਹੁੰਦੀ ਹਮ ਹਮ ਕੋਈ ਕੁਝ ਮਰ ਜੀ ਜਾਵੇ ਕੋਈ ਇੰਤਜ਼ਾਰ ਕਰੀ ਜਾਵੇ ਕੋਈ ਕੁਝ ਹੈ ਨਾ ਸੋ ਗੱਲ ਕਰਦਾ ਹੁੰਦਾ ਕਿ ਕਲਾਕਾਰ ਦੀ ਹਾਨੀ ਨਹੀਂ ਹੋਣੀ ਚਾਹੀਦੀ ਜੀ ਸੋ ਕਹਿੰਦਾ ਭਾਵੇਂ ਵੀ ਉਹ ਕਹਿੰਦਾ ਵੀ ਜੋ ਮਰਜੀ ਹੋ ਜੇ ਕਲਾਕਾਰ ਦੀ ਹਾਨੀ ਨਹੀਂ ਹੋਣੀ ਚਾਹੀਦੀ ਜੋ ਵੀ ਮੈਂ ਕੰਮ ਕਰਨਾ ਉਹ ਤਿਆਰੀ ਨਾਲ ਕਰਨਾ ਤਾਂ ਇਹ ਇੱਕ ਗੱਲ ਹੈ ਉਸ ਕਰੈਕਟਰ ਨਾਲ ਔਰ ਇੱਕ ਬੰਦੇ ਨੂੰ ਹਰ ਬੰਦੇ ਦੀ ਆਮ ਜ਼ਿੰਦਗੀ ਹਰ ਹਰ ਬੰਦੇ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਜਿਹੜਾ ਵੀ ਕੰਮ ਕਰਦਾ ਮੈਂ ਉਨੀ ਕੁ ਤਸੱਲੀ ਨਾਲ ਕਰਨਾ ਕਿ ਯਾਰ ਉਹ ਇਹਨੋਂ ਹੋਵੇ ਵੀ ਬੰਦਾ ਕਵੇ ਯਾਰ ਕੱਚਾ ਰਹਿ ਗਿਆ ਤੇ ਕਵੇ ਇਹਨੂੰ ਆਉਂਦਾ ਨਹੀਂਗਾ ਸੋ ਹਾਨੀ ਮਤਲਬ ਉਹ ਹੈ ਵੀ ਬੰਦੇ ਦੀ ਕਿਰਦਾਰ ਦੀ ਹਾਨੀ ਨਾ ਹੋ ਜੀ ਯਾਰ ਇਹ ਕੰਮ ਵਧੀਆ ਨਹੀਂ ਕਰਦਾ ਤਾਂ ਇਦਾਂ ਦੀਆਂ ਗੱਲਾਂ ਨੇ ਸੋ ਇੱਕ ਜਜ਼ਬੇ ਨਾਲ ਭਰੀ ਹੋਈ ਫਿਲਮ ਕਿਰਦਾਰਾਂ ਦੀ ਜਰਨੀ ਆ ਸ਼ੁਰੂ ਤੋਂ ਲੈ ਕੇ ਆ ਇੱਕ ਪੂਰੀ ਜਰਨੀ ਹੈ ਜਿੱਥੇ ਉਹ ਹਰ ਥਾਂ ਥਾਂ ਜਗ੍ਹਾ ਜਗ੍ਹਾ ਨਾ ਕੋਈ ਨਾ ਕੋਈ ਆਬਸਟਕਲਸ ਹੁੰਦੀਆਂ ਨੇ ਔਰ ਜਿਹੜੀਆਂ ਉਹ ਕੋਠਾ ਢਿੱਗਦਾ ਆ ਟਰਾਲੀ ਆ ਉਹ ਸਾਰੀਆਂ ਉਸੇ ਚੀਜ਼ ਨੂੰ ਦਰਸਾਉਂਦੀਆਂ ਆ ਵੀ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਇੱਕ ਆਮ ਗੱਲ ਆ ਹਮ ਹਮ ਇਹ ਹੋਣਾ ਹੀ ਹੋਣਾ ਬਟ ਤੁਸੀਂ ਇਹਨਾਂ ਨੂੰ ਤੁੱਕ ਭਰਉਣਾ ਨਹੀਂ ਜੀ ਉਹ ਗੱਲ ਲੱਗਿਆ ਵੀ ਅਸੀਂ ਉਹਨੂੰ ਬਹੁਤ ਐਂਟਰਟੇਨਮੈਂਟ ਨਾਲ ਬਹੁਤ ਉਹਦੇ ਨਾਲ ਦਿਖਾਇਆ ਬਿਕਾਜ਼ ਐਟ ਐਂਡ ਆਫ ਦਾ ਡੇ ਫਿਲਮ ਹੈ ਜੀ ਔਰ ਬੰਦਾ ਇਹਨੂੰ ਖੁਸ਼ੀ-ਖੁਸ਼ੀ ਵੇਖਣ ਜਾਣਾ ਚਾਹੁੰਦਾ ਹੁੰਦਾ ਔਰ ਨਾਲ ਕੁਝ ਮੈਸੇਜ ਲੈ ਕੇ ਆਉਣਾ ਚਾਹੁੰਦਾ ਨਾਲੇ ਉਹ ਸਿਨੇਮੈਟਿਕ ਐਕਸਪੀਰੀਅੰਸ ਕਰਨਾ ਚਾਹੁੰਦਾ ਹੁੰਦਾ ਕੁਝ ਵਿਜ਼ੂਅਲੀ ਬਹੁਤ ਖੂਬਸੂਰਤ ਦੁਨੀਆ ਦੇਖਣੀ ਚਾਹੁੰਦਾ ਹੁੰਦਾ ਸਾਰੀ ਗੱਲ ਦਾ ਧਿਆਨ ਰੱਖਿਆ ਗਿਆ ਹੈ ਜੀ ਬਿਲਕੁਲ ਜੀ ਸੋ ਫਿਲਮ ਦੇ ਗਾਣਿਆਂ ਦੀ ਗੱਲ ਕਰੀ ਕਿਉਂਕਿ 뮤지컬 ਆਬਵੀਅਸਲੀ ਇੱਕ ਫਿਲਮ ਹੈ ਨਾ ਪੀਰੀਅਡ ਫਿਲਮ ਵੀ ਹੈ ਸੋ 뮤직 ਦੇ ਉੱਤੇ ਬਹੁਤ ਦਾਰੂਮਦਾਰ ਹੈ ਇਸ ਫਿਲਮ ਦਾ ਔਰ ਕਿਆ ਕਮਾਲ ਦੇ ਗਾਣੇ ਲਿਖੇ ਗਏ ਨੇ ਗਾਏ ਗਏ ਨੇ 뮤직 ਇੱਕ ਤੋਂ ਇੱਕਾ ਨਾ ਕਮਾਲ ਦਾ ਹੈ ਹੈਪੀ ਰਾਈ ਕੋਟੀ ਬਾਈ ਜੀ ਦੇ ਲਿਰਿਕਸ ਰਾਜ ਰਣਜੋਦ ਵੀਰ ਦਾ ਤੇ ਹੁਣ ਹਰਮਨਜੀਤ ਦਾ ਲਿਖਿਆ ਹੋਇਆ ਗਾਣਾ ਨਾ ਅਮਨਿੰਦਰ ਗਿੱਲ ਬਾਈ ਜੀ ਦੀ ਆਵਾਜ਼ ਦੇ ਵਿੱਚ ਸੋ ਕਿੰਨਾ ਕੁ ਤੁਹਾਡੇ ਦੇ ਪ੍ਰੈਸ਼ਰ ਆ ਜਾਂ ਬਾਕੀ ਟੀਮ ਦੇ ਉੱਤੇ ਕਿ ਗਾਣਾ ਕਿਹੜਾ ਚੂਜ਼ ਕਰਨਾ ਕਿਵੇਂ ਦਾ ਚੂਜ਼ ਕਰਨਾ ਕਿਹਦੇ ਕੋਲੋਂ ਗਵਾਉਣਾ ਸੋ ਉਹਨੂੰ ਕਿਵੇਂ ਮੈਨੇਜ ਕੀਤਾ ਦੇਖੋ ਜੀ ਇਹ ਫਿਲਮ ਦੇ ਦੋ ਚੈਲੰਜ ਸਨ ਇੱਕ ਸਕ੍ਰਿਪਟ ਔਰ ਇੱਕ ਗਾਣੇ ਔਰ ਦੋਨੋਂ ਇੱਕੋ ਜਿੰਨੀ ਇੰਪੋਰਟੈਂਸ ਰੱਖਦੇ ਸਨ ਔਰ ਜਦੋਂ ਮਿਊਜ਼ਿਕ ਦੀ ਗੱਲ ਆਈ ਗਾਣਿਆਂ ਦੀ ਗੱਲ ਆਈ ਤਾਂ ਇਹੀ ਇੱਕ ਸਭ ਤੋਂ ਵੱਡਾ ਚੈਲੰਜ ਸੀਗਾ ਕਿ ਯਾਰ ਕਿੱਦਾਂ ਦੇ ਗਾਣੇ ਉਹਨਾਂ ਕਿ ਉਸ ਇਰਾ ਨੂੰ ਰਿਪਰੈਜ਼ੈਂਟ ਵੀ ਕਰਨ ਤੇ ਲੋਕਾਂ ਉਹਨਾਂ ਦੇ ਮੁਕਾਬਲੇ ਦੇ ਵੀ ਲੱਗਣ ਹਮ ਕਿ ਯਾਰ ਹਾਂ 19 ਸੋਣੇ ਔਰ 19 ਮਿਹਨਤ ਹੋਈ ਔਰ ਇਹਦੇ ਵਿੱਚ ਟਰੂ ਸਕੂਲ ਭਾਜੀ ਦਾ ਬਹੁਤ ਯੋਗਦਾਨ ਹੈ ਜੀ ਕਿ ਉਹਨਾਂ ਨੇ ਮਤਲਬ ਹਲੇ ਤਾਂ ਇਹ ਗਾਣੇ ਨਾ ਹਲੇ ਤਾਂ ਨਵੇਂ ਨਵੇਂ ਆਏ ਐ ਹਲੇ ਤਾਂ ਆਪਾਂ ਲਿਰਿਕਸ ਸੁਣ ਰਹੇ ਆ ਜਦੋਂ ਜਿਹੜੇ 뮤직 ਪ੍ਰੇਮੀ ਆ ਨਾ ਜਦੋਂ ਸਾਰਾ ਸਾਰਾ ਗਾਣਾ ਤੇ ਇੱਕ ਇੱਕ ਪੀਸ ਸੁਣਗੇ ਨਾ ਉਹਦਾ ਆਨੰਦ ਹੈ ਉਹ ਫਲੂਟ ਜਿਸ ਤਰੀਕੇ ਨਾਲ ਵਜਦੀ ਹੈ ਜੋ ਹਾਰਮੋਨੀਅਮ ਹੈ ਜੋ ਢੋਲਕੀਆਂ ਉਹ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਹੋ ਮਤਲਬ ਤੁਸੀਂ ਸਮਝੋ ਵੀ ਉਹਨਾਂ ਨੇ ਇੰਨਾ ਬ੍ਰੀਕਿੰਗ ਨਾਲ ਕੰਮ ਕੀਤਾ ਜਿਹੜੇ ਬਹੁਤ ਜਾਣਕਾਰ ਆ ਉਹ ਸਮਝਣਗੇ ਕਿ ਉਹਨਾਂ ਨੇ ਇਹ ਵੀ ਧਿਆਨ ਰੱਖਿਆ ਯਾਰ ਵੀ 1982 ਤੋਂ 84 ਤੱਕ ਇਦਾਂ ਦਾ ਮਿਊਜ਼ਿਕ ਸੀ ਹਮ ਓਕੇ 1970 ਤੋਂ 73 ਇਦਾਂ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਔਰ ਫਿਰ ਇਹਦੇ ਵਿੱਚ ਰਾਜ ਰਣਜੋਤ ਭਾਜੀ ਹੈਪੀ ਰਾਏ ਗੋਟੀ ਵੀਤ ਬਲਜੀਤ ਤਿੰਨਾਂ ਨੇ ਡਿਊਟ ਲਿਖਿਆ ਔਰ ਨਿਭਾਏ ਪੋਸ ਹੁਣ ਨਿਭਾਏ ਆ ਫਿਰ ਹਰਮਨ ਬਾਈ ਦਾ ਗਾਣਾ ਆ ਜਿਹੜਾ ਅਮਰਿੰਦਰ ਭਾਈ ਨੇ ਗਾਇਆ ਔਰ ਇਹਦੇ ਵਿੱਚ ਦਲਜੀਤ ਭਾਜੀ ਦੀ ਵੀ ਬਹੁਤ ਮਿਹਨਤ ਹੈ ਔਰ ਇਹ ਸਾਰਾ ਜਿਹੜਾ 뮤직 ਤਿਆਰ ਹੋਇਆ ਇਹ ਟ੍ਰੂ ਸਕੂਲ ਭਾਜੀ ਦਲਜੀਤ ਭਾਜੀ ਆ ਰਾਜਨਜੋਦ ਬ੍ਰਦਰ ਤੇ ਹੈਪੀ ਰਾਏ ਕੋਟੀ ਔਰ ਰਵੀਤ ਭਾਜੀ ਦੀ ਇਹ ਟੀਮ ਨੇ ਤਿਆਰ ਕੀਤਾ ਔਰ ਮੈਂ ਤੇ ਆਪ ਜਦੋਂ ਅੱਛਾ ਸ਼ਕੀਨ ਹ ਮੈਂ ਇਹਨਾਂ ਗਾਣਿਆਂ ਦਾ ਸੋ ਸਤਾ ਅ ਮਤਲਬ ਕਿਤੇ ਨਾ ਕਿਤੇ ਮਨ ਚ ਬਹੁਤ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਜਦੋਂ ਕੋਈ ਗਾਣਾ ਬਣ ਕੇ ਆਉਂਦਾ ਸੀਗਾ ਨਾ ਤੇ ਮੈਨੂੰ ਮੈਨੂੰ ਪਤਾ ਮੈਂ ਕਈ ਕਿਤੇ ਗਾਣਾ ਕੱਚਾ ਸੁਣਦਾ ਰਹਿੰਦਾ ਹੁੰਦਾ ਸੀਗਾ ਕਈ ਕਿਹਨ ਸੋ ਅੱਜ ਜਿਵੇਂ ਮਤਲਬ ਜਿਵੇਂ ਜਿਵੇਂ ਗਾਣੇ ਇਹ ਆ ਰਹੇ ਆ ਲੋਕ ਇਹਨਾਂ ਗਾਣਿਆਂ ਨੂੰ ਪਸੰਦ ਕਰਦੇ ਜਾ ਰਹੇ ਆ ਤੁਸੀਂ ਦੇਖਿਆ ਦੇਖਣਾ ਤੁਸੀਂ ਉਹ ਥੋੜੇ ਹੋਰ ਟਾਈਮ ਤੱਕ ਮੈਨੂੰ ਲੱਗਦਾ ਹੈ ਵੀ ਹੋ ਸਕਦਾ ਦੌਰ ਵੀ ਵਾਪਸ ਆ ਜਾਵੇ ਹਮ ਹਮ ਹੋਫਲੀ ਜੀ ਗਾਣੇ ਵੀ ਕਮਾਲ ਦੇ ਹਿੱਟ ਹੋ ਚੁੱਕੇ ਨੇ ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਟਰੂ ਸਕੂਲ ਬਾਈ ਜੀ ਹੁਣਾਂ ਦਾ ਨਾਮ ਸੋ ਰੀਲੀ ਗੁੱਡ 뮤직 ਹੈਟਸ ਆਫ ਟੂ ਹਿਮ ਔਰ ਤੇਨਾਲਦੀ ਨਾਲ ਗਾਣੇ ਹਿੱਟ ਨੇ ਫਿਲਮ ਵੀ ਜ਼ਰੂਰ ਹਿੱਟ ਹੋਏਗੀ ਸੋ ਅ ਅੰਬਰਪਾ ਜੀ ਤੁਹਾਨੂੰ ਕੀ ਕੋਈ ਗਿਲਾ ਸ਼ਿਕਵਾ ਹੈ ਪੰਜਾਬੀ ਆਡੀਅנס ਨਾਲ ਜਾਂ ਪੰਜਾਬੀ ਫਿਲਮ ਮੇਕਰਸ ਦੇ ਨਾਲ ਪਿਛਲੇ 2-3 ਸਾਲਾਂ ਦਾ ਨਹੀਂ 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 ਬਿਲਕੁਲ ਨਹੀਂ ਜੀ ਮੈਂ ਤਾਂ ਬੜਾ ਰਿਣੀ ਆ ਬੜਾ ਧੰਨਵਾਦ ਕਰਦਾ ਆ ਆਡੀਅנס ਦਾ ਸੱਚੀ ਕਹਿੰਦਾ ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਹਾਂ ਜਿਹੜੇ ਐਵੇਂ ਗਿਲੇ ਕਰਦੇ ਰਹਿੰਦੇ ਆ ਕਿਉਂਕਿ ਨਾ ਇਹ ਐਵੇਂ ਐਵੇਂ ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਦੋਂ ਕੋਈ ਖਾਸ ਕਰਕੇ ਮੇਕਰਔਰ ਫਿਲਮ ਇੰਡਸਟਰੀ ਦੇ ਬੰਦੇ ਗਿਲੇ ਕਰਦੇ ਨੇ ਇੰਡਸਟਰੀ ਤੋਂ ਕਿਉਂਕਿ ਨਾ ਇਹਨਾਂ ਨੇ ਵਕਤ ਨਹੀਂ ਵੇਖਿਆ ਜਿਵੇਂ ਅਸੀਂ ਵੇਖਿਆ ਅਸੀਂ 2001 ਤੋਂ ਮੇਰਾ ਮੇਰਾ ਇਹ ਜਰਨੀ ਸ਼ੁਰੂ ਹੋਈ ਸੀ ਤੇ ਅਸੀਂ 10 ਸਾਲ ਤੱਕ ਅਸੀਂ ਕੰਮ ਹੀ ਨਹੀਂ ਕੀਤਾ ਕੰਮ ਹੀ ਨਹੀਂ ਕਰਕੇ ਵੇਖਿਆ ਤੇ ਫਿਲਮ ਬਣਦੀ ਨਹੀਂ ਸੀਗੀਆਂ ਦੋ ਦੋ ਸਾਲਾਂ ਚ ਇੱਕ ਫਿਲਮ ਬੰਦਦੀ ਸੀ ਹੁਣ ਤਾਂ ਨਖਰੇ ਆ ਇਹ ਕਿ ਤੁਹਾਨੂੰ ਘਰੇ ਬੈਠਿਆਂ ਨੂੰ ਕੰਮ ਮਿਲ ਜਾਂਦਾ ਅਸੀਂ ਬੰਬੇ ਆ ਕੇ 10 ਸਾਲ ਆਇਆ ਮੈਂ ਬਹੁਤ ਸੱਚੀ ਕਹਨਾ ਧੰਨਵਾਦ ਕਰਨਾ ਚਾਹੀਦਾ ਅੱਜ ਰੁਜ਼ਗਾਰ ਸਾਡੇ ਘਰਾਂ ਚ ਆ ਗਿਆ ਅੱਜ ਸਾਡੇ ਮੁੰਡੇ ਕੁੜੀਆਂ ਨੂੰ ਚੰਡੀਗੜ੍ਹ ਮੁਹਾਲੀ ਤੱਕ ਆਉਣਾ ਪੈਂਦਾ ਉਹਦੋਂ ਅੱਗੇ ਨਹੀਂ ਆਉਣਾ ਪੈਂਦਾ ਔਰ ਬਹੁਤ ਵੱਡੀ ਕਿਰਪਾ ਜੀ ਇਹ ਕੋਈ ਇਹ ਇੱਕ ਇੰਡਸਟਰੀ ਖੜੀ ਹੋਈ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਤੁਸੀਂ ਵੀ ਵੇਖਿਆ ਜੀ ਜਿੰਨੀ ਜਲਦੀ ਨਾਲ ਅਸੀਂ ਗਰੋਅ ਕੀਤੇ ਆ ਔਰ ਜੋ ਸਾਡੇ ਸਾਡੇ ਲੋਕਾਂ ਦਾ ਟੈਲੈਂਟ ਹੈ ਸਾਡੇ ਸਾਡੇ ਇਲਾਕੇ ਚ ਸਾਡੇ ਸਾਡੀ ਮਿੱਟੀ ਚ ਰਾਈਟਰ ਲਿਰਿਸਿਸਟ ਇਹ ਬਹੁਤ ਕਾਮਯਾਬ ਹੋਇਆ ਹਮੇਸ਼ਾ ਤੁਸੀਂ ਧਿਆਨ ਦਿਓ ਜੀ ਕਵੀ ਸ਼ਾਇਰ ਈਵਨ ਹਿੰਦੀ ਇੰਡਸਟਰੀ ਦੇ ਸਾਰੇ ਵੱਡੇ ਕਵੀ ਸ਼ਾਇਰ ਰਾਈਟਰ ਡਾਇਰੈਕਟਰ ਐਕਟਰ ਉਹ ਸਾਰੇ ਪੰਜਾਬੀ ਆ ਜਿੱਦਾਂ ਅੱਜ ਸਾਡਾ 뮤직 ਪੂਰੀ ਦੁਨੀਆ ਤੇ ਰੂਲ ਕਰਦਾ ਪਿਆ ਤੁਸੀਂ ਦੇਖਣਾ ਹੋਰ ਆਉਣ ਵਾਲੇ ਤਸਕ ਸਾਲ ਤੱਕ ਸਾਡੀ ਇੰਡਸਟਰੀ ਬਿਲਕੁਲ ਇੱਕ ਪ੍ਰੋਪਰ ਇੱਕ ਅਲੱਗ ਰੂਪ ਲੈ ਕੇ ਇਸ ਦੁਨੀਆ ਦੇ ਵਿੱਚ ਖੜੀ ਹੋਏਗੀ ਸਭ ਤੋਂ ਸੁਣੀ ਗੱਲ ਸਾਡੀ ਇੰਡਸਟਰੀ ਦੀ ਜੋ ਮੈਂ ਵੀ ਟਰਾਈ ਕਰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਸਾਊਥ ਵਰਗੀ ਫਿਲਮ ਬਣਾਵਾਂ ਮੈਂ ਨਹੀਂ ਚਾਹੁੰਦਾ ਮੈਂ ਹਿੰਦੀ ਵਰਗੀ ਫਿਲਮ ਬਣਾਵਾਂ ਮੈਂ ਨਹੀਂ ਚਾਹੁੰਦਾ ਮੈਂ ਇੰਗਲਿਸ਼ ਵਰਗੀ ਫਿਲਮ ਬਣਾਵਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਪੰਜਾਬ ਵਰਗੀ ਫਿਲਮ ਬਣਾਵਾਂ ਜਿਹਦੇ ਵਿੱਚ ਪੰਜਾਬ ਹੋਵੇ ਜਿਹਦੇ ਵਿੱਚ ਸਾਡੀ ਗੱਲ ਹੋਵੇ ਅੱਜ ਜੋੜੀ ਇਹ ਹਿੰਦੀ ਚ ਨਹੀਂ ਬਣ ਸਕਦੀ ਇਹ ਸਾਉਥ ਚ ਨਹੀਂ ਬਣ ਸਕਦੀ ਇਹ ਸਾਡੇ ਕਿਰਦਾਰ ਨੇ ਇਹ ਸਾਡੇ ਲੋਕ ਨੇ ਇਹ ਸਾਡਾ ਕਲਚਰ ਆ ਇਸੇ ਲਈ ਪੰਜਾਬੀ ਫਿਲਮਾਂ ਇਹ ਪੰਜਾਬ ਦਾ ਆਪਣਾ ਸਿਨੇਮਾ ਹੈ ਬੇਸ਼ੱਕ ਉਹ ਅੰਗਰੇਜ਼ ਆ ਲੋਰੀਏ ਆ ਉਹ ਪੰਜਾਬ ਤੋਂ ਸਾਡੇ ਹੀ ਆ ਸੋ ਇਹ ਇਹ ਸਾਡਾ ਆਪਣਾ ਸਿਨੇਮਾ ਖੜਾ ਹੋ ਰਿਹਾ ਔਰ ਬਹੁਤ ਸੋਹਣੇ ਤਰੀਕੇ ਨਾਲ ਖੜਾ ਹੋ ਰਿਹਾ ਔਰ ਸਾਡੇ ਸਿਨੇਮੇ ਚ ਹੀ ਆ ਕਿ ਪਰਿਵਾਰ ਇਕੱਠੇ ਬਹਿ ਕੇ ਫਿਲਮ ਦੇਖ ਸਕਦੇ ਆ ਔਰ ਕਿਸੇ ਸਿਨੇਮੇ ਚ ਇਹ 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 ਨਹੀਂ ਹੈ ਸਾਡੇ ਇੱਥੇ ਹੈ ਕਿ ਪਰਿਵਾਰ ਬੱਚਿਆਂ ਨਾਲ ਮਾਵਾ ਪੈਣਾ ਨਾਲ ਲੋਕ ਆ ਕੇ ਬਿਨਾ ਕਿਸੇ ਡਰ ਦੇ ਹਾਂ ਕੁਝ ਲੋਕ ਵਿੱਚ ਹੁਣ ਇੱਕਦੋ ਖਰਾਬ ਕਰ ਰਹੇ ਨੇ ਮੈਨੂੰ ਪਤਾ ਨਹੀਂ ਬਟ 99% ਸਾਡੀਆਂ ਫਿਲਮਾਂ ਦੇ ਵਿੱਚ ਇਦਾਂ ਦੀ ਫਰਮਾਨੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਫਿਲਮ ਵਿੱਚ ਇੱਕ ਵੀ ਲਫ਼ਜ਼ ਇੱਕ ਵੀ ਮੂਮੈਂਟ ਐਸਾ ਨਾ ਹੋਵੇ ਕਿ ਜਿੱਤੇ ਕੋਈ ਬੰਦਾ ਆਪਣੇ ਧੀ ਬੋਹ ਸਾਹਮਣੇ ਔਕਵਰਡ ਫੀਲ ਕਰੇ ਜੀ ਤੇ ਇਹ ਵੀ ਸਾਡੀ ਪੰਜਾਬੀ ਫਿਲਮੀ ਤਾਕਤ ਹੈ ਸੋ ਤੁਸੀਂ ਸਾਦਰਨ ਪਾਰਟ ਆਫ ਇੰਡੀਆ ਦੀ ਗੱਲ ਕੀਤੀ ਨਾ ਉੱਥੇ ਵੀ ਬੜੀਆਂ ਇੰਡਸਟਰੀਜ਼ ਨੇ ਕੰਨੜ ਅਲੱਗ ਹੈ ਤਮਿਲ ਸਿਨੇਮਾ ਲੱਗ ਹੈ ਤੇਲਗੂ ਅਲੱਗ ਹੈ ਮਲਿਆਲਮ ਸਿਨੇਮਾ ਲੱਗ ਹੈ ਪਿਛਲੇ 2 ਸਾਲਾਂ ਚਾਪਾ ਦੇਖਿਆ ਕੋਈ ਨਾ ਕੋਈ ਫਿਲਮ ਨਾ ਉਹਨਾਂ ਦੀ ਚਾਹੇ ਕੰਨੜ ਸਿਨੇਮਾ ਦੀ ਹੋਵੇ ਚਾਹੇ ਤੇਲਗੂ ਸਿਨੇਮਾ ਦੀ ਨਿਕਲ ਕੇ ਪੈਨ ਇੰਡੀਆ ਪਹੁੰਚ ਜਾਂਦੀ ਹੈ ਜਿਵੇਂ ਨਾ ਪੁਸ਼ਪਾ ਪਹੁੰਚੀ ਉਹ ਵੀ ਉਹਨਾਂ ਨੇ ਉੱਚ ਵੀ ਆਪਣਾ ਟ੍ਰੈਡੀਸ਼ਨ ਦਿਖਾਇਆ ਜਿਵੇਂ ਕੰਤਾਰਾ ਦੇ ਵਿੱਚ ਕਿੰਨਾ ਸੋਹਣਾ ਟ੍ਰੈਡੀਸ਼ਨ ਦਿਖਾਇਆ ਨਾ ਕਰਨਾਟਕ ਦਾ ਇੱਕ ਜੋ ਰਿਚੁਅਲ ਹੈ ਉਹਨਾਂ ਦਾ ਉਹ ਦਿਖਾਇਆ ਸੋ ਪੈਨ ਇੰਡੀਆ ਹਿੱਟ ਹੋ ਗਈ ਉਹਨਾਂ ਨੂੰ ਡੱਬ ਕਰਕੇ ਰਿਲੀਜ਼ ਕਰਨੀ ਪਈ ਹਰ ਕਿਤੇ ਸੋ ਤੁਹਾਨੂੰ ਲੱਗਦਾ ਕਿ ਕੋਈ ਪੰਜਾਬੀ ਸਿਨੇਮਾ ਦੀ ਫਿਲਮ ਜਾਂ ਪੰਜਾਬੀ ਸਿਨੇਮਾ ਔਖੇ ਥੋੜਾ ਲੈਗ ਕਰਦਾ ਕਿ ਪੈਨ ਇੰਡੀਆ ਤੱਕ ਨਹੀਂ ਆਪਣੀ ਕੋਈ ਫਿਲਮ ਆ ਜਿਹੜੀ ਨਾ ਇਦਾਂ ਇਸ ਤਰੀਕੇ ਨਾਲ ਪਹੁੰਚੀ ਜਾਂ ਤੁਹਾਨੂੰ ਲੱਗਦਾ ਕਿ ਨਹੀਂ 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 ਡੀ ਡੀ ਐਲ ਜੀ ਕੀ ਹੈ ਪੰਜਾਬੀ ਫਿਲਮ ਇਹ ਲੈਂਗੁਏਜ ਐਕਚੁਅਲੀ ਕੀ ਹੈ ਸਾਡਾ ਜਿਹੜਾ ਕਲਚਰ ਹੈ ਨਾ ਇਹ ਆਲਰੇਡੀ ਪੈਨ ਇੰਡੀਆ ਆ ਜੀ ਸਾਡਾ ਜਿਹੜਾ ਪੰਜਾਬ ਇਹ ਨਾ ਇਹ ਸਾਡਾ ਸਾਰੇ ਇੰਡੀਆ ਚ ਆਲਰੇਡੀ ਇਹ ਦੇਖੋ ਇੱਕ ਲੈਂਗੁਏਜ ਛੱਡ ਦਿਓ ਸਾਡੇ ਗਾਣੇ ਸਾਡਾ ਸਾਰਾ ਕੁਝ ਸਾਡੇ ਕੈਰੈਕਟਰ ਸਾਡੇ ਖੇਤ ਸਾਡਾ ਪੰਜਾਬ ਇਹ ਆਲਰੇਡੀ ਪੰਜਾਬ ਦੁਨੀਆ ਤੇ ਛਾਇਆ ਹੋਇਆ ਗੱਲ ਆ ਕਿ ਲੈਂਗੁਏਜ ਦੀ ਔਰ ਉਹ ਵੀ ਫਿਲਮਾਂ ਦੇਖੋ ਉਹਦੇ ਚ ਨਾ ਫਿਲਮ ਰਿਲੀਜ਼ ਕਰਨ ਦੇ ਗੱਲ ਆ ਕਿਉਂਕਿ ਰਿਲੀਜ਼ ਕਰਨ ਤੇ ਬਹੁਤ ਪੈਸਾ ਲੱਗਦਾ ਜੇ ਆਪਾਂ ਪੈਨ ਇੰਡੀਆ ਫਿਲਮ ਡੱਬ ਕਰਕੇ ਰਿਲੀਜ਼ ਕਰਨੀ ਹੁੰਦੀ ਹੈ ਤੇ ਸ਼ਾਇਦ ਉਹ ਚੀਜ਼ਾਂ ਨਾ ਸਿਰਫ ਉਹ ਜ਼ਰੂਰ ਟੈਕਨੀਕਲ ਇਸ਼ੂਜ਼ ਨਹੀਂ ਅੱਜ ਤੁਸੀਂ ਪੈਨ ਇੰਡੀਆ ਰਿਲੀਜ਼ ਕਰਦੇ ਹੋ ਸਾਡੀ ਫਿਲਮ ਲਵ ਪੰਜਾਬ ਰਿਲੀਜ਼ ਕਰ ਦਿੰਦੇ ਕੀ ਉਹ ਨਾ ਚੱਲਦੀ ਹੂੰ ਸੋ ਇਹ ਸਿਰਫ ਔਰ ਸਿਰਫ ਸਾਡੇ ਬਜਟ ਇਸ਼ੂ ਨਹੀਂ ਅੱਜ ਆਪਾਂ ਪੁਸ਼ਪਾ ਦੀ ਗੱਲ ਕਰਦੇ ਹਾਂ 100 ਕਰੋੜ ਬਜਟ ਹੈ ਆਪਣਾ ਤਾਂ ਬਜਟ 5 ਕਰੋੜ 7 ਕਰੋੜ ਹੁੰਦਾ ਉਹਨਾਂ ਦੀਆਂ ਨੇ ਦੋ ਵੈਂਟੀਆਂ ਖੜਤੀਆਂ ਨੇ ਚਾਰੀ ਵਲਾਂ ਤੇ ਜੀ ਸਾਡੇ ਕੋਲ ਉਹ ਬਜਟ ਨਹੀਂ ਹੈ ਤਾਂ ਅਸੀਂ ਉਹਦੇ ਹੱਲ ਲੱਭੇ ਹੋਏ ਆ ਅਸੀਂ ਝੂਠੀਆਂ ਚਾਲੀ ਚਾਲੀ ਬੰਦੇ ਨੂੰ ਕੁੱਟਣ ਵਾਲੀ ਫਿਲਮਾਂ ਨਹੀਂ ਬਣਾ ਸਕਦੇ ਤੇ ਨਾ ਹੀ ਬਣਾਉਣੇ ਆ ਉੱਥੇ ਸੀ ਨਕਲੀ ਲੱਗਾਂਗੇ ਜੀ ਜੀ ਤੁਸੀਂ ਹਿਊਮਨ ਰਿਲੇਸ਼ਨਸ਼ਿਪਸ ਤੇ ਫਿਲਮ ਬਣਾਉਣੀ ਹੈ ਜਿਹੜੀਆਂ ਕਿ ਐਕਚੁਅਲੀ ਯੂਨੀਵਰਸਲ ਨੇ ਹਿਊਮਨ ਰਿਲੇਸ਼ਨ ਯੂਨੀਵਰਸਲ ਹੈ ਔਰ ਤੁਸੀਂ ਦੇਖੋਗੇ ਥੋੜੇ ਹੋਰ ਟਾਈਮ ਤੱਕ ਸਾਨੂੰ ਲੋੜ ਹੀ ਨਹੀਂ ਪੈਣੀ ਪਹਿਲੀ ਗੱਲ ਤੋਂ ਸਾਨੂੰ ਸਰਦੋ ਸਦਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸਾਨੂੰ ਡਬ ਕਰਕੇ ਚਲਾਉਣ ਦੀ ਲੋੜ ਨਹੀਂ ਪੈਣੀ ਕਿਤੇ ਨਾ ਕਿਤੇ ਪੰਜਾਬੀ ਲੈਂਗੁਏਜ ਸਾਡੇ ਮਤਲਬ ਅੱਧੇ ਇੱਕ ਇੰਡੀਆ ਚ ਸਾਊਥ ਨੂੰ ਛੱਡ ਕੇ ਤਾਂ ਐਕਸੈਪਟਡ ਹੀ ਆ ਹਾਂਜੀ ਹਾਂਜੀ ਸੋ ਮੈਨੂੰ ਲੱਗਦਾ ਕਿ ਜਿਹੜੀ ਇਹ ਹਾਂ ਇਹ ਹੈ ਕਿ ਇਹ ਉਮੀਦ ਕਰ ਸਕਦੇ ਆਂ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਹੋਣਾ ਸ਼ੁਰੂ ਹੋ ਜਾਊਗਾ ਇਹ ਨਹੀਂ ਹੈ ਕਿ ਵੀ ਸਾਡੀਆਂ ਫਿਲਮਾਂ 'ਚ ਕੋਈ ਕਮੀ ਆ ਇਹ ਸਿਰਫ ਔਰ ਸਿਰਫ ਕਿਤੇ ਨਾ ਕਿਤੇ ਬਜਟ ਮੈਟਰ ਕਰਦੇ ਆ ਐਡ ਮੈਟਰ ਕਰਦੀ ਆ ਇੱਕ ਪੰਜਾਬੀ ਫਿਲਮ ਪੰਜਾਬ 'ਚ ਰਿਲੀਜ਼ ਕਰਨ ਲਈ ਰਿਲੀਜ਼ ਕਰਨ ਲਈ 2 ਕਰੋੜ ਰੁਪਏ ਲੱਗਦਾ ਸਿਰਫ ਰਿਲੀਜ਼ ਕਰਨ ਲਈ ਤੇ ਹਿੰਦੀ ਫਿਲਮ ਰਿਲੀਜ਼ ਕਰਨ ਦੀ 20-25 ਕਰੋੜ ਲੱਗਦਾ ਵਧੀਆ ਫਿਲਮ ਤੋ ਉਹਨਾਂ ਨੇ ਕੋਈ ਬਜਟ ਨਹੀਂ ਹੈ 100-ਸਾਲੇ 100 ਤੋਂ ਕਰੋੜ 2-2 ਕਰੋੜ ਦੀਆਂ ਫਿਲਮਾਂ ਬਣਾਉਂਦੇ ਐ ਪਤਾ ਨਹੀਂ ਕਿੰਨੇ ਕਰੋੜਾਂ ਦਾ ਬਜਟ ਹੈ ਔਰ ਤੇ ਇੱਕਲ ਹੋਰ ਮੈਂ ਦੱਸ ਐਡ ਕਰਨੀ ਚਾਹੁੰਦਾ ਤੁਸੀਂ ਨੇ ਕੰਤਾਰਾ ਦੀ ਗੱਲ ਕੀਤੀ ਸ਼ਾਇਦ ਇਹ ਗੱਲ ਥੋੜੀ ਕੌਂਟਰੋਵਰਸ਼ੀਅਲ ਵੀ ਹੋ ਜਾ ਮੈਨੂੰ ਪਤਾ ਨਹੀਂ ਅਸੀਂ ਮੈਂ ਕੰਤਾਰਾ ਵੇਖੀ ਔਰ ਮੈਂ بڑے ਮੈਂ 100 ਦੀਆਂ ਫਿਲਮਾਂ ਦਾ ਫੈਨ ਆ ਪਹਿਲੀ ਗੱਲ ਉਹਨਾਂ ਦੀਆਂ ਰੋਮਾਂਟਿਕ ਫਿਲਮਾਂ ਦਾ ਕਾਮੇਡੀ ਫਿਲਮਾਂ ਦਾ ਫੈਨ ਆ ਮਮਟ ਬਹੁਤ ਸਨੇ ਕਰੇਟ ਕਰਦੇ ਐ ਐਕਸ਼ਨ ਕਰੇਟ ਕਰਦੇ ਐ ਬਾਹੂਬਲੀ ਵਰਗੀ ਫਿਲਮ ਬਣਾਈ ਐ ਜਿਹੜੀ ਕਿ ਦੁਨੀਆ ਵਿੱਚ ਇੱਕ ਫਿਲਮ ਐ ਬਹੁਤ ਸੋਹਣਾ ਸਿਨੇਮਾ ਸਾਉਦਾ ਆਪਣਾ ਸਿਨੇਮਾ ਐ ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵੀ ਅੱਜ ਦੀ ਡੇਟ 'ਚ ਓਵਰ ਹਾਈਪਡ ਵੀ ਹੈਗੀ ਆ ਕੁਝ ਫਿਲਮਾਂ ਉਹ ਬਜਟ ਐ ਉਹ ਪਬਲਿਸਿਟੀ ਐ ਉਹ ਤਰੀਕਾ ਐ ਕਿ ਆਪਣੀ ਫਿਲਮ ਦੀ ਜਿਹੜੀ ਉੱਥੋਂ ਦੀ ਕਮਾਈ ਐ ਉਹ ਸਾਨੂੰ ਦੱਸਦੇ ਐ ਤੇ ਅਸੀਂ ਕਹਿੰਦੇ ਵਾਹ ਇੰਨੀ ਕਮਾਈ ਔਰ ਕਮਾਈ ਵੇਖ ਕੇ ਬੱਚਲੇ ਜਾਂਦੇ ਐ ਜਦ ਕਿ ਉੱਥੇ ਨਾ ਰੀਚੂਅਲ ਨਹੀਂ ਉੱਥੇ ਮੁੰ ਜਦੋਂ ਇੱਕ ਦੂਜੇ ਰਿਸ਼ਤਾ ਤੈ ਹੁੰਦਾ ਨਾ ਉਦੋਂ ਵੀ ਫੈਮਲੀਜ਼ ਦੇ ਵਿੱਚ ਕੁੜੀ ਵਾਲਿਆਂ ਨੇ ਪੰਜ ਫਿਲਮਾਂ ਹੋਣੀ ਹੁੰਦੀਆਂ ਮੁੰਡੇ ਵਾਲਿਆਂ ਨੂੰ ਮੁੰਡੇ ਵਾਲਿਆਂ ਨੇ ਪੰਜ ਫਿਲਮਾਂ ਕੁੜੀਆਂ ਨੂੰ ਹੋਣੀਆਂ ਹੁੰਦੀਆਂ ਇਹ ਉਹ ਗੱਲਾਂ ਨਹੀਂ ਸੋ ਕੰਤਾਰਾ ਹੈ ਇਹ ਉਸ ਤਾਰਾ ਫਿਲਮ ਠੀਕ ਹੈ ਉਹਨਾਂ ਦੇ ਉਥੋਂ ਦੀ ਗੱਲ ਹੈ ਬਟ ਸੌਰੀ ਟੂ ਸੇ ਮੈਨੂੰ ਉਹ ਫਿਲਮ ਕੋਈ ਸੋਇ ਲਾਸ ਦੇ 4-5 ਮਿੰਟ ਛੱਡ ਕੇ ਕੋਈ ਐਡੀ ਗੱਲ ਨਹੀਂ ਸੀ ਸੋ ਬਹੁਤ ਚੀਜ਼ਾਂ ਹੋ ਹੈ ਕਿ ਪਬਲਿਸਿਟੀ ਨਾਲ ਵੀ ਤੁਹਾਡੇ ਤੇ ਔਰ ਇਦਾਂ ਬਣਾ ਦਿੰਦਾ ਕਿ ਅੱਜ ਜੇ ਮੈਂ ਕਹੂੰਗਾ ਨਾ ਕਿ ਵੇਲੇ ਮੁਨਕੀ ਆ ਤੇ ਕਈ ਬੰਦੇ ਕਹਣਗੇ ਸਰ ਜੈਲਸੀ ਕਰਦੇ ਆ ਉਹ ਨਹੀਂ ਬੰਦੇ ਕਿ ਡਰਦੇ ਚੁੱਪ ਹੋ ਜਾਂਦੇ ਆ ਕਿ ਯਾਰ ਜੇ ਬੋਲੇ ਨਾ ਤੇ ਕਹਣਗੇ ਲੈ ਇਹਨੂੰ ਤਾਂ ਫਿਲਮ ਵੇਖਣੀ ਨਹੀਂ ਹੁੰਦੀ ਸੋ ਬਹੁਤ ਕੁਸ਼ ਹੈ ਔਰ ਮੈਂ ਫੇਰ ਉੱਥੇ ਹਮਨਾ ਹੈ ਕਿ ਸਾਡਾ ਪੰਜਾਬੀ ਜਨਮਾ ਸਾਨੂੰ ਮਾਣ ਕਰਨਾ ਚਾਹੀਦਾ ਬਹੁਤ ਸੋਣੀ ਹੈ ਹਰ ਸਾਲ ਹਿੰਦੀ ਨਾਲੋਂ ਜ਼ਿਆਦਾ ਗਿਣਤੀ 'ਚ ਆਪਣੇ ਇੱਥੇ ਫਿਲਮਾਂ ਹਿੱਟ ਹੁੰਦੀਆਂ ਹਰ ਸਾਲ ਤੋ ਜੋੜੀ ਤੁਸੀਂ ਹਿਊਮਨ ਰਿਲੇਸ਼ਨਸ਼ਿਪ ਦੇ ਉੱਤੇ ਗੱਲ ਕੀਤੀ ਜੋੜੀ ਜਦੋਂ ਚਲੋ ਆਈਡੀਆ ਤੁਸੀਂ ਕਿਉਂ ਆਇਆ ਉਹ ਤਾਂ ਤੁਸੀਂ ਦੱਸਿਆ ਜਿਹੜੇ ਕਰੈਕਟਰ ਆ ਮੇਨ ਲੀਡ ਕਰੈਕਟਰ ਨੇ ਜਾਂ ਫਿਰ ਸਪੋਰਟਿੰਗ ਕਰੈਕਟਰ ਵੀ ਹੋਣਗੇ ਜਦੋਂ ਉਹਨਾਂ ਕਰੈਕਟਰ ਨੂੰ ਤੁਸੀਂ ਢਾਲ ਰਹੇ ਸੀ ਕਿ ਕਰੈਕਟਰ ਕਿਵੇਂ ਦਾ ਹੋਵੇਗਾ ਇਹਦਾ ਬਿਹੇਵੀਅਰ ਕਿਵੇਂ ਦਾ ਹੋਵੇਗਾ ਕਿਵੇਂ ਚਾਲ ਡਾਲ ਹੋਵੇਗੀ ਬੋਲਣ ਦਾ ਤਰੀਕਾ ਕੀ ਹੋਵੇਗਾ ਸੋ ਫਿਕਸ਼ਨਲ ਕਰੈਕਟਰ ਨੇ ਨਾ ਕੋਈ ਕਿਤੋਂ ਕਿਸੇ ਦੀ ਬਾਇਓਗ੍ਰਾਫੀ ਤਾਂ ਹੈ ਹੀ ਨਹੀਂ ਨਾ ਫਿਕਸ਼ਨਲ ਕਰੈਕਟਰ ਨੇ ਸੋ ਫਿਕਸ਼ਨਲ ਕਰੈਕਟਰ ਲਿਖਣ ਲੱਗੇ ਕਿੰਨਾ ਕੁ ਕਿ ਕ੍ਰੀਏਟਿਵ ਮਾਈਂਡ ਚਾਹੀਦਾ ਜਾਂ ਫਿਰ ਮੈਂ ਪੁੱਛਣਾ ਜਿਆਦਾ ਉਹਦੇ ਪਿੱਛੇ ਦਾ ਪ੍ਰੋਸੈਸ ਕੀ ਸੀ ਇਹਨਾਂ 메ਨ ਦੋ ਕੈਰੈਕਟਰਸ ਨੂੰ ਲਿਖਣ ਲਈ ਐਕਚੁਅਲੀ ਇਹ ਹੈ ਕਿ ਹੈ ਫਿਕਸ਼ਨਲ ਬਟ ਕਿਤੇ ਨਾ ਕਿਤੇ ਉਹ ਇੱਕ ਵਕਤ ਨੂੰ ਰਿਪਰੈਜ਼ੈਂਟ ਕਰਦੇ ਆ ਇੱਕ ਇੱਕ ਉਹ ਉਦੋਂ ਫਿਰ ਤੁਸੀਂ ਇੱਕ ਖਾਸ profession ਬਿਲੋਂਗ ਕਰਦੇ ਆ ਕੈਰੈਕਟਰ ਤਾਂ ਉਦੋਂ ਤੁਹਾਡੇ ਕੋਲੇ ਬਹੁਤ ਜ਼ਰੀਏ ਹੁੰਦੇ ਆ ਉਸ ਵਕਤ ਨੂੰ ਉਸ profession ਨੂੰ ਔਰ ਉਹਨਾਂ ਕਿਰਦਾਰਾਂ ਨੂੰ ਸਮਝਣ ਲਈ ਤੁਹਾਡੇ ਕੋਲੇ ਰਿਸਰਚ ਵਰਕ ਹੁੰਦਾ ਹੈ ਸਾਡੇ ਕੋਲੇ ਕਿਤਾਬਾਂ ਹੋ ਸਕਦੀਆਂ ਔਰ ਅੱਜ ਕੱਲ ਤਾਂ ਸਾਡੇ ਕੋਲੇ ਸੋਸ਼ਲ ਮੀਡੀਆ ਆ YouTube ਆ ਤਾਂ ਉਸ ਵਕਤ ਦੇ ਜਿੰਨੀਆਂ ਵੀ ਜੋੜੀਆਂ ਹੋਈਆਂ ਚਾਹੇ ਮਸਦਿਕ ਸਦਿਕ ਜੀ ਔਰ ਬੀਬਾ ਰਣਜੀਤ ਕੌਰ ਜੀ ਆ ਚਾਹੇ ਆਪਣੇ ਸਰਦੂਲ ਸਾਹਿਬ ਨੂਰੀ ਜੀ ਨੇ ਮਰਹੂਮ ਸਰਦੂਲ ਸਰਦੂਲ ਸਾਹਿਬ ਦیدار ਸੰਧੂ ਹੁਣੀ ਹਨਾ ਸੋ ਨ ਸਾਰਿਆਂ ਨੂੰ ਕਿਤੇ ਨਾ ਕਿਤੇ ਉਹਨਾਂ ਬਾਰੇ ਇੰਟਰਵਿਊ ਸੁਣੀਆਂ ਉਹਨਾਂ ਦੀਆਂ ਆਦਤਾਂ ਸੁਣੀਆਂ ਉਹ ਆਪਸ ਵਿੱਚ ਪਰਿਵਾਰਕ ਜ਼ਿੰਦਗੀ ਵਿੱਚ ਕਿੱਦਾਂ ਰਹਿੰਦੇ ਸੀ ਕਿੱਦਾਂ ਹਨਾ ਸੋ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਉਹਨਾਂ ਦੀਆਂ ਹਰਕਤਾਂ ਉਹਨਾਂ ਦੇ ਨੁਆਇੰਸਸ ਫੜ ਕੇ ਇਹ ਦੋ ਕਿਰਦਾਰ ਬੁਣੇ ਗਏ ਜਿਹੜੇ ਕਿ ਨਾ ਸਿਰਫ ਉਸ ਟਾਈਮ ਦੇ ਸਾਰੀਆਂ ਜੋੜੀਆਂ ਨੂੰ ਔਰ ਕਲਾਕਾਰਾਂ ਨੂੰ ਰਿਪਰੈਜ਼ੈਂਟ ਕਰਦੇ ਕਿਤੇ ਨਾ ਕਿਤੇ ਉਹ ਅੱਜ ਕੱਲ ਦੇ ਕਲਾਕਾਰਾਂ ਨੂੰ ਵੀ ਕਿਤੇ ਨਾ ਕਿਤੇ ਉਹ ਰਿਪਰੈਜ਼ੈਂਟ ਕਰਦੇ ਆ ਸੋ ਉਹ ਸਾਰਿਆਂ ਦੇ ਨਿਚੋੜ ਨੇ ਬੇਸਿਕਲੀ ਇਹ ਕਿਰਦਾਰ ਜਿਹੜੇ ਬੁਨੇ ਗਏ ਆ ਡੈਫੀਨਿਟਲੀ ਜਿਹੜੀ ਪਰਫਾਰਮੈਂਸ ਆ ਉਹ ਉਹ ਫਿਰ ਜਦੋਂ ਤੁਸੀਂ ਕਲਾਕਾਰ ਨਾਲ ਗੱਲ ਕਰਦੇ ਹੋ ਕਲਾਕਾਰ ਜਦੋਂ ਪਰਫਾਰਮ ਕਰਦਾ ਉਹ ਫਿਰ ਉਦੋਂ ਕਿਤੇ ਨਾ ਕਿਤੇ ਕਰੈਕਟਰ ਜਿਹੜੇ ਆ ਉਹ ਸ਼ੇਪ ਲੈਂਦੇ ਜਾਂਦੇ ਆ ਜੀ ਸਵਾਸ ਕਰਦੇ ਕਿ ਅਸੀਂ ਸਾਰੇ ਕਨੈਕਟਰ ਜ਼ਰੂਰ ਕਰਾਂਗੇ ਨਾ ਕੈਰੇਕਟਰਸ ਨਾਲ ਫਿਲਮ ਦੇ ਨਾਲ ਕਿਉਂਕਿ ਫਿਲਮ ਦਾ ਟ੍ਰੇਲਰ ਵੀ ਬਹੁਤ ਪਿਆਰਾ ਹੈ ਔਰ ਤੁਸੀਂ ਬਣਾਈ ਹੈ ਤਾਂ ਤੁਸੀਂ ਦਿਮਾਗ ਲਾਇਆ ਪਿੱਛੇ ਕੈਪਟਨ ਆਫ ਦਾ ਸ਼ਿਪ ਔਰ ਕਲਾਕਾਰ ਕਮਾਲ ਦੇ ਨੇ ਫਿਲਮ ਦੇ ਵਿੱਚ ਸੋ ਥੈਂਕ ਯੂ ਆਪਾਂ ਜ਼ਿਆਦਾ ਟਾਈਮ ਨਹੀਂ ਲਵਾਵਾਂਗੇ ਕਿਉਂਕਿ ਮੈਂ ਦੇਖ ਰਿਹਾ ਕਿ ਇੰਨੀ ਦੇਰ ਇਦਾਂ ਫੋਨ ਫੜ ਕੇ ਰੱਖਣਾ ਬਾਹਰ ਥੱਕ ਜਾਂਦੀ ਹੈ ਸੋ ਇਧਰ ਇਧਰ ਮੈਂ ਆ ਆਹ ਕੀ ਕਹਿੰਦੇ ਟੋ ਲੱਗੀ ਹੈ ਮੇਰੀ ਔਰ ਫਿਰ ਵੀ ਬਾਹਰ ਬਾਹਰ ਥੱਕੀ ਆ ਜਿਵੇਂ ਜੇ ਮੈਂ ਇਦਾਂ ਕਰ ਲੈਣਾ ਨਾ ਆਮਲਨ ਸਾਰਾ ਇਹਦਾ ਆਹੋ ਬਹੁਤ ਖੈਰ ਸੱਚੀ ਇਹ ਤੁਹਾਡੀ ਗੱਲ ਸਹੀ ਹੈ ਬਾਸ ਹੌ ਚਲੀ ਨਹੀਂ ਚਲੋ ਬਸ ਕਰਦੇ ਆ ਪਰ ਥੈਂਕ ਯੂ ਸੋ ਇੱਕ ਫਾਰਮਲ ਤਰੀਕੇ ਨਾਲ ਜਾਂ ਇਨਫਾਰਮਲ ਤਰੀਕੇ ਨਾਲ ਸਾਡੇ ਦਰਸ਼ਕਾਂ ਨੂੰ ਈਵਰਸ ਨੂੰ ਕਹਿ ਦਿਓ ਕਿ ਕਿਉਂ ਫਿਲਮ ਦੇਖਣ ਜਾਣ ਤੇ ਇਨਵਾਈਟ ਕਰ ਦਿਓ ਸਾਰਿਆਂ ਨੂੰ ਕਿ ਨੇੜਲੇ ਸਿਨੇਮੇ ਚ 5 ਤਰੀਕ ਨੂੰ ਪਹੁੰਚੋ ਕਿਉਂਕਿ ਇੱਕ ਗੱਲ ਤੇ ਹੈ ਕਿ ਆਪਾਂ ਸਿਨੇਮੇ ਚ ਕਿਉਂ ਜਾਂਦੇ ਆ ਕਿ ਆਪਾਂ ਇੱਕ ਫਿਲਮ ਦਾ 시ਨੇਮੈਟਿਕ ਐਕਸਪੀਰੀਅੰਸ ਲੈਣਾ ਚਾਹੁੰਦੇ ਹੁੰਦੇ ਆ ਉਹਦੀ ਉਹਦੀ ਵਿਜੂਅਲੀ ਹਨਾ ਉਹਦੇ ਡਾਇਲੋਗ ਉਹਦੀ ਕਹਾਣੀ ਉਹਦੇ ਕਿਰਦਾਰ ਉਹਦੇ ਗਾਣੇ ਤਾਂ ਮੈਨੂੰ ਲੱਗਦਾ ਕਿ ਸਾਰੀ ਟੀਮ ਨੇ ਆਪਣੇ ਆਪਣੇ ਡਿਪਾਰਟਮੈਂਟ ਦੇ ਵਿੱਚ ਇੰਨੀ ਸੋਣੀ ਮਿਹਨਤ ਕੀਤੀ ਹੈ ਕਿ ਤੁਹਾਨੂੰ ਕੋਈ ਵੀ ਪੱਖ ਨਿਰਾਸ਼ ਨਹੀਂ ਕਰੂਗਾ ਤੇ ਦੂਜੀ ਗੱਲ ਕਿਤੇ ਨਾ ਕਿਤੇ ਕਿਉਂਕਿ ਮਤਲਬ ਅਸੀਂ ਬਣਾਈ ਹੈ ਫਿਲਮ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਯਾਰ ਗੱਲ ਵਧੀਆ ਹੋਵੇ ਪਰ ਹੋਵੇ ਪੂਰਾ ਐਂਟਰਟੇਨਮੈਂਟ ਹਾਸਾ ਹਾਸਿਆ ਖੇਡੀਆਂ ਹੋਣ ਇਮੋਸ਼ਨਸ ਹੋਣ ਸਾਰਾ ਕੁਝ ਹੋਵੇ ਤਾਂ ਔਰ ਦੂਜੀ ਗੱਲ ਦਲਜੀਤ ਪਾਜੀ ਹੋਰਾਂ ਦੀ ਪਰਫਾਰਮੈਂਸ ਆ ਔਰ ਇੰਨੇ ਸਾਰੇ ਗਾਣੇ ਆ ਔਰ ਜਿਹੜੇ ਬੰਦਿਆਂ ਨੇ ਉਹ ਵਕਤ ਵੇਖਿਆ ਉਹ ਆਪਣਾ ਉਹ ਵਕਤ ਦੁਬਾਰਾ ਜਿਉ ਸਕਦੇ ਆ ਤੇ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਵੇਖ ਸਕਦੇ ਆ ਕਿ ਸਾਡੇ 30 40 ਸਾਲ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਕਿਦਾਂ ਦਾ ਮਾਹੌਲ ਸੀਗਾ ਤੇ ਜਿਹੜੇ ਬਾਹਰ ਬੈਠੇ ਆ ਉਹਨਾਂ ਲਈ ਇਹ ਵੈਸੀ ਇੱਕ ਇਮੋਸ਼ਨਲ ਜੀ ਫੀਲਿੰਗ ਹੋਊਗੀ ਔਰ ਉਹਨਾਂ ਨੂੰ ਯਾਦ ਆਏਗਾ ਕਿ ਔਰ ਉਹਨਾਂ ਨੂੰ ਚੰਗਾ ਲੱਗੂਗਾ ਕਿ ਯਾਰ ਬਗਾਨੇ ਮੁਲਕਾਂ 'ਚ ਜਰੂਰ ਅਸੀਂ ਬੈਠੇ ਆਂ ਪਰ ਕਿਤੇ ਨਾ ਕਿਤੇ ਉਹਨਾਂ ਥਾਵਾਂ 'ਤੇ ਬਹਿ ਕੇ ਨਾ ਤੁਹਾਨੂੰ ਇਹ ਇਹ ਪ੍ਰਾਊਡ ਫੀਲ ਹੋਊਗਾ ਕਿ ਯਾਰ ਸਾਡੇ ਪੰਜਾਬ ਦੀ ਇੱਕ ਅਲੱਗ ਪਹਿਚਾਨ ਹੈ ਅਸੀਂ ਹਨਾ ਇੱਕ ਅਲੱਗ ਪਹਿਚਾਨ ਰੱਖਦੇ ਹਾਂ ਸ਼ਾਇਦ ਪਹਿਚਾਨ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ ਔਰ ਬਾਕੀ ਬਹੁਤ ਸਾਰੀ ਸਾਰੀ ਟੀਮ ਆ ਅ ਦਲਜੀਤ ਬਾਜੀ ਆ ਨਿਮਰਤ ਆ ਅਮਰਿੰਦਰ ਬਾਜੀ ਹੋਰਿਆ ਦੇ ਪੈਸੇ ਲੱਗੇ ਆ। ਸਿੰਦੇ ਬਾਜੀ ਨੇ ਪੈਸੇ ਲਾਏ ਆ। ਸੋ ਸਾਰੇ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਜੀ। ਨਹੀਂ ਥੈਂਕ ਯੂ। ਥੈਂਕ ਯੂ ਅਮਰਪਾਜੀ ਗੱਲਬਾਤ ਕਰਨ ਦੇ ਲਈ ਤੇ 올 द बेस्ट वेट ਰਹਾ ਸਾਨੂੰ ਵੀ 5 ਤਰੀਕ ਦੀ ਸੋ ਜ਼ਰੂਰ ਫਿਲਮ ਦੇਖ ਕੇ ਤੁਹਾਨੂੰ ਰਿਵਿਊ ਦਿੰਨੇ ਆ। ਸੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ। ਤੈਨੂੰ ਮੈਸੇਜ ਆਇਆ ਹਾਂਜੀ ਸੋ ਇਹ ਸੰਨਮਰਦੀਪਾ ਜੀ ਫਿਲਮ ਰਿਲੀਜ਼ ਹੋ ਰਹੀ ਹੈ ਜੀ ਜੋੜੀ ਹਾਂਜੀ ਦਿਲਜੀਤ ਦੋਸਾਂਜ ਤੇ ਨਿਮਰਤ ਖੈਰਾ ਦੀ ਜੋੜੀ ਔਰ 5 ਤਰੀਕ ਨੂੰ ਦੇਖਣ ਜ਼ਰੂਰ ਜਾਇਓ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਹੁਣ ਲੈਨੇ ਆ ਜੀ ਇਜਾਜ਼ਤ ਇਸ ਲਾਈਵ ਸੈਸ਼ਨ ਦੇ ਵਿੱਚੋਂ ਮੈਨੂੰ ਦਿਓ ਇਜਾਜ਼ਤ ਦਿਸ ਇਸ ਯਰ ਆਪਣਾ ਅਰਜਵਨੀਤ ਨਾਉ ਸਾਈਨਿੰਗ ਆਫ ਬੇਰੀ ਸੁਣਨਾ ਗੱਲ ਕੁੜੀ ਵਾਲੇ ਜਿਆਦਾ ਚੰਗੇ ਨੇ ਜਾਂ ਤਾਂ ਮੁੰਡੇ ਵਾਲੇ ਚੰਗੇ ਨੇ ਇਹ ਅੱਜ ਰੋਟੀ ਨਹੀਂ ਬਣਦੀ ਤੈਨੂੰ ਭੁੱਖਾ ਰਹਿ ਲੂੰਗਾ ਪਰ ਝੂਣ ਨਹੀਂ ਬੋਲ ਸਕਦੇ ਅਸੀਂ ਬਾਰ ਫਲਾ ਨਹੀਂ ਰਹੀ ਤੇ ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਸ਼ੇਰੀਆਮਲਾਂ ਦਾ ਨਚਦਾ ਓਏ ਕੀ ਹੋ ਰਿਹਾ ਆ ਤੇ ਤੂੰ ਕਿਹ ਕਹੜਾ ਲੜੀ ਰਿਹਾ ਲੜਦਾ ਨਹੀਂ ਵੈਸੇ ਭਾਜੀ ਆਮ ਲੋਕ ਤੇ ਇਦਾਂ ਹੀ ਲੜਦੇ ਤੁਹਾਡੇ ਨੂੰ ਕੌਣ ਲੜਦਾ ਨਹੀਂ ਤੁਸੀਂ ਜ਼ਿਆਦਾ ਚੰਗੇ ਨਹੀਂ ਨਹੀਂ ਤੁਸੀਂ ਜ਼ਿਆਦਾ ਚੰਗੇ ਤੁਸੀਂ ਆਪਣਾ ਤਰੀਕਾ ਬਥਲੋ